ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨ ਦੇਣ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾ, ਅੰਤ ਕਾਰਨ ਕੇ ਤੇ ਬਿਲ ਲਾਹੇ, ਤਾਂ ਕੇ ਅੰਤ ਨ ਪਾਏ ਜਾਏ, ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਊਚਾ ਥਾਉ, ਊਚੇ ਉਪਰ ਊਚਾ ਨਾਉ, ਏਵੜ ਊਚਾ ਹੋਵੈ ਕੋਏ, ਤਿਸ ਊਚੇ ਕੋ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾ। ਬਹੁਤ ਸੁੰਦਰ ਆਪਨੇ ਜੋ ਪ੍ਰਿਆਸ ਰੱਤਾ ਕੀਤੀ, ਐਕਚੁਲੀ ਹੌਲੀ ਹੌਲੀ ਕਰਕੇ ਚੀਜ਼ਾਂ ਸ਼ਾਇਦ ਫਿਰ ਉਸੇ ਰੂਪ ਵਿੱਚ ਅਸੀਂ ਉਸਾਰ ਸਕੀਏ, ਉਹਨਾਂ ਨੂੰ ਕਹਿ ਲਈਏ ਕਿ ਮੇਨਟੇਨ ਕਰ ਪਾਈਏ। ਵੈਸੇ ਸਾਡਾ ਜਿਹੜਾ ਜ਼ਾਤੀ ਨਿਤਨੇਮ ਵੀ ਸੀਗਾ, ਜਿੱਥੇ ਕਿਤੇ ਸੰਗਤਾਂ ਬੈਠਦੀਆਂ ਜਮਾਤੀ ਰੂਪ ਵਿੱਚ ਕਰਦੀਆਂ, ਯੱਕ ਆਵਾਜ਼ ਜੋਟੀਆਂ 'ਚ ਪਾਠ ਹੁੰਦਾ, ਇੱਕ ਸ਼ਖਸ ਅੱਗੇ ਬੋਲ ਰਿਹਾ, ਸੰਗਤ ਪਿੱਛੇ ਬੋਲ ਰਹੀ, ਸੰਗਤ ਫਿਰ ਇੱਕ ਸ਼ਖਸ ਅੱਗੇ ਆ ਰਿਹਾ, ਫਿਰ ਇਸ ਰੂਪ ਦੇ ਵਿੱਚ ਇਹਨੇ ਵੇ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਉਹਦੇ ਵਿੱਚ ਉਚਾਰਨ ਵਿੱਚ ਉਸ ਸ਼ਬਦ ਦੇ ਅਹਿਸਾਸ ਦੇ ਨਾਲ, ਫਿਰ ਇੱਕ ਮਾਹੌਲ ਸਿਰਜਿਆ ਜਾਂਦਾ ਜਿਹਦੇ 'ਚ ਸਾਰਿਆਂ ਦੀ ਇਨਵੋਲਵਮੈਂਟ ਹੁੰਦੀ। ਐਂਡ ਦਿਸ ਇਜ਼ ਕਾਇੰਡ ਆਫ ਯੂ ਕੈਨ ਸੇ ਐਕਸਰਸਾਈਜ਼ ਵਿਚ ਕੈਨ ਹੈਲਪ ਅਸ ਟੂ ਬਰਿੰਗ ਆਵਰ ਕੰਸਨਟ੍ਰੇਸ਼ਨ ਬੈਕ ਟੂ ਗੁਰਬਾਣੀ। ਇਹ ਸਭ ਤੋਂ ਬੈਸਟ ਐਕੋ ਹੈ ਉਸ ਰੂਪ ਵਿੱਚ ਮੰਨਿਆ ਜਾਂਦਾ। ਸੋ ਆਓ ਇੱਕ ਵਾਰੀ ਹੋਰ ਇਸ ਪਾਵਨ ਅਸੀਂ ਪੌੜੀ ਦਾ ਪਾਠ ਉਸੇ ਰੂਪ ਵਿੱਚ ਦੁਹਰਾਉਂਦੇ ਹਾਂ, ਫਿਰ ਪੰਕਤੀ ਬ ਪੰਕਤੀ ਅਸੀਂ ਯਤਨ ਕਰਦੇ ਹਾਂ। ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨ ਦੇਣ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕੇ ਅੰਤ ਨ ਪਾਏ ਜਾਹੇ, ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਜੇਵੜ ਏਵੜ ਊਚਾ ਹੋਵੈ ਕੋਏ, ਤਿਸ ਊਚੇ ਕੋ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਸ਼ੁਕਰੀਆ। ਦੇਖਿਆ ਇੱਕ ਮਾੜੀ ਜੀ ਨਜ਼ਰ ਸੱਜੇ ਖੱਬੇ ਹੋਈ, ਤੁਸੀਂ ਬਿਲਕੁਲ ਇੱਕ ਵੱਖਰੇ ਟਰੈਕ 'ਤੇ ਤੁਰ ਪਏ। ਸੋ ਇਹ ਰੂਪ ਤਾਂ ਆਇਆ, ਇਸੇ ਕਰਕੇ ਸ਼ਬਦ ਦਾ ਜਦੋਂ ਅਲਾਪਣਾ ਵੀ ਹੈ ਉਹਦੇ ਵਿੱਚ ਵੀ ਬਹੁਤ ਧਿਆਨ ਉਸ ਰੂਪ ਵਿੱਚ ਕੇਂਦਰਿਤ ਕਰਦਿਆਂ ਹੋਇਆ। ਖੈਰ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤੀ, ਹੁਣ ਉਸਨੂੰ ਦੇਖੀਏ। ਪੌੜੀ ਲਮੇਰੀ ਹੈ, ਕੋਨਸੈਪਟ ਡੈਫੀਨੇਟਲੀ ਜੋ ਪਿੱਛੋਂ ਤੁਰਿਆ ਆਉਂਦਾ ਹੈ, ਜਿਹਦੇ 'ਚ ਅਸੀਂ ਬੀਤੇ 'ਚ ਵਿਚਾਰਦੇ ਆ ਰਹੇ ਸੀਗੇ ਕਿ ਮਹਾਰਾਜ 'ਚ ਬਿਆਨ ਕਰ ਰਹੇ ਸੀਗੇ ਕਿ ਜੋ ਸਿਫਤ ਸਾਲਾ ਹੈ ਉਹਦੇ ਨਾਲ ਬੰਦੇ ਨੇ ਸੋਚਿਆ ਕਿ ਮੈਂ ਉਸ ਲੈਵਲ 'ਤੇ ਪਹੁੰਚ ਜਾਵਾਂ ਕਿ ਜਿੱਥੇ ਮੈਨੂੰ ਸਭ ਹੀ ਪਤਾ ਲੱਗ ਜਾਏਗਾ। ਮਤਲਬ ਇਹ ਗੁਰੂ ਬਾਬਾ ਜੀ ਕਹਿੰਦੇ, ਸਭ ਦਾ ਅਹਿਸਾਸ ਇਹ ਰੱਖੀ
ਕਿ ਜਿਹਨੂੰ ਤੂੰ ਕਹਿ ਰਿਹਾ ਨਾ ਕਿ ਮੈਨੂੰ ਸਭ ਦਾ ਪਤਾ ਲੱਗ ਜਾਏਗਾ, ਉਹ ਸਭ ਉਹਦਾ ਤੂੰ ਇੱਕ ਹਿੱਸਾ ਹੈ ਅਤੇ ਤੇਰੇ ਵਿੱਚ ਉਹ ਮੌਜੂਦ ਆ। ਇਹ ਇੱਕ ਅਵੇਅਰਨੈਸ ਹੈ, ਅਵੇਕਨਿੰਗ ਆ। ਜੇ ਤੇਰੇ 'ਚ ਆ ਜਾਏ ਤਾਂ ਯਕੀਨਨ ਤੌਰ 'ਤੇ ਤੂੰ ਉਸ ਪੱਧਰ 'ਤੇ ਮਾਣ ਸਕਦਾ ਉਸ ਚੀਜ਼ ਨੂੰ, ਪਰ ਜੇ ਨਹੀਂ ਤਾਂ ਫਿਰ ਡੈਫੀਨੇਟਲੀ ਤੂੰ ਚਲਾਕੀ ਦੇ ਪੱਧਰ 'ਤੇ ਕਹੇ ਵੀ ਮੈਨੂੰ ਸਾਰੇ ਕਾਸੇ ਨੂੰ ਪਤਾ ਲੱਗ ਜਾਏ ਅਤੇ ਮੇਰੇ ਕੰਟਰੋਲ 'ਚ ਆ ਜਾਏ। ਜਿੰਨਾ ਤੁਸੀਂ ਪੁਰਾਣਾ ਇਤਿਹਾਸ ਪੜ੍ਹ ਲਵੋ, ਜੋ ਕੋਈ ਤੁਸੀਂ ਪੜ੍ਹੋ, ਉਹਦੇ 'ਚ ਜਿੰਨੇ ਕਰੈਕਟਰ ਬਿਆਨ ਕੀਤੇ ਗਏ ਨੇ, ਉਹਨਾਂ ਨੇ ਕਿਸੇ ਦੇਵਤੇ ਨੂੰ ਧਿਆਇਆ, ਰੱਬ ਨੂੰ ਧਿਆਇਆ, ਕਿਸੇ ਖਾਸ ਅਵਤਾਰ ਨੂੰ ਧਿਆਇਆ, ਉਸ ਤੋਂ ਬਾਅਦ ਉਹਨੇ ਕੋਈ ਸ਼ਕਤੀਆਂ ਪ੍ਰਾਪਤ ਕਰ ਲਈਆਂ, ਫਿਰ ਉਹਨਾਂ ਕਿਹਾ ਕਿ ਹੁਣ ਆਪਾਂ ਬਸ ਇਹਦੀ ਗੱਦੀ ਲੈ ਲੈਣੀ ਹੈ, ਇਸ ਤਰੀਕੇ ਨਾਲ ਕਰਨਾ ਆ। ਸੋ ਇਸ ਰੂਪ ਦੇ ਵਿੱਚ ਆ, ਅਤੇ ਉਹ ਇੱਥੋਂ ਤੱਕ ਵੀ ਆਉਂਦਾ ਆ ਕਿ ਇੱਕ ਰਾਖਸ ਸੀਗਾ ਅਤੇ ਉਹਦਾ ਨਾਂ ਹੀ ਸੀਗਾ ਭਸਮਾਸੁਰ, ਅਤੇ ਉਹ ਕਹਿੰਦਾ ਕਿ ਉਹਨੇ ਕਹਿੰਦੇ ਬੜੀ ਭਗਤੀ ਕੀਤੀ ਅਤੇ ਅਖੀਰ ਕਰ ਕਰਾ ਕੇ ਉਹ ਰੱਬ ਆ ਗਿਆ, ਅਤੇ ਉਹ ਕਹਿੰਦਾ ਵੀ ਹਾਂ ਰੱਬ ਹੀ ਨੇ ਇੱਕ ਉਹ ਜੋ ਕੋਨਸੈਪਟ ਲਿਆਉਂਦਾ ਉਹਨਾਂ ਨੇ। ਕਹਿੰਦੇ ਕੀ ਚਾਹੀਦਾ? ਕਹਿੰਦੇ ਵੀ ਚਾਹੀਦਾ ਕਿ ਬਸ ਇੰਨੀ ਕੁ ਤਾਕਤ ਦੇ ਦੇ ਵੀ ਜਿਹਦੇ ਸਿਰ 'ਤੇ ਹੱਥ ਰੱਖਾਂ ਅਤੇ ਕਵਾਂ ਭਸਮ ਹੋ ਜਾ ਅਤੇ ਹੋ ਜਾਏ। ਉਹ ਕਹਿੰਦਾ ਅੱਛਾ ਕਰ ਦਿੰਦੇ ਹਾਂ, ਦੇ ਦਿੰਦੇ। ਇਹੀ ਇਹੀ ਵੱਡੇ ਲੈਵਲ 'ਤੇ ਹੀ ਬੰਦੇ ਦੀ ਸਭ ਤੋਂ ਵੱਡੀ ਹੁੰਦੀ ਕਿ ਮੈਨੂੰ ਸ਼ਕਤੀ ਮਿਲ ਜਾਵੇ ਫਿਰ ਮੈਂ ਦਿਖਾਵਾਂ ਮੰਦਰ। ਤੂੰ ਜਦੋਂ ਕਿਹਾ ਵੀ ਹਾਂ ਲੈ ਮਿਲ ਗਈ ਸ਼ਕਤੀ ਤੈਨੂੰ, ਕਹਿੰਦਾ ਹਾਂ ਤਥਾਸ ਤੂੰ ਦੇ ਤੀ, ਅਤੇ ਉਹ ਕਹਿੰਦਾ ਫਿਰ ਰੱਬ ਥੋੜ੍ਹਾ ਨੇੜੇ ਆ। ਕਹਿੰਦਾ ਉਹ ਕਿਉਂ? ਕਹਿੰਦਾ ਵੇਖਾਂ ਸੀ ਕੰਮ ਵੀ ਕਰਦੀ ਕਿ ਨਹੀਂ ਕਰਦੀ, ਮੇਨ ਪਹਿਲਾਂ ਤੇਰੇ 'ਤੇ ਰੱਖਦੇ ਹੱਥ ਤਾਂ ਕਿ ਪਤਾ ਵੀ ਲੱਗੇ ਵੀ ਕੰਮ ਵੀ ਕਰਦੀ। ਸੋ ਇਸ ਰੂਪ ਦੇ ਵਿੱਚ ਆ, ਬੰਦਾ ਜਿੱਥੋਂ ਕੋਈ ਸੋਰਸ 'ਚੋਂ ਐਨਰਜੀ ਲੈ ਰਿਹਾ ਉਸੇ ਨੂੰ ਹੀ ਕਹਿੰਦਾ ਕਿ ਬਸ ਮੈਂ ਹੁਣ ਇਹਨੂੰ ਇਹਦੇ 'ਤੇ ਆਪਣੇ ਕੰਟਰੋਲ ਉਸ ਰੂਪ ਵਿੱਚ। ਅਤੇ ਬਾਬਾ ਜੀ ਕਹਿੰਦੇ ਉਹ ਬੇਅੰਤ ਜਿਹਦਾ ਅੰਤ ਕੋਈ ਨਹੀਂ ਗਾ, ਅਤੇ ਫਿਰ ਇਹ ਹੈ ਉਸ ਅੰਤ ਦਾ ਥੋ ਤੂੰ ਕਿਵੇਂ ਪਾਏਗਾ? ਬਚਨ ਅੰਤ ਨਾ ਸਿਫਤੀ ਕਹਿਣ ਨਾ ਅੰਤ। ਆਪਾਂ ਸਾਰੀ ਬਾਣੀ ਦੇ 'ਚ ਸਿਫਤ ਸਲਾਹ ਅਤੇ ਰੱਬ ਜੀ ਦੇ ਨਾਮ ਨੂੰ ਕਹਿਣਾ, ਗੁਣਾਂ ਨੂੰ ਕਹਿਣਾ, ਇਹਦੇ 'ਤੇ ਫੋਕਸ ਕਰਦੇ ਹਾਂ, ਹੋਰ ਕੋਈ ਤਰੀਕਾ ਹੀ ਨਹੀਂ ਹੈ। ਦੇਖੋ ਸਪੋਜ਼ ਸਰੀਰ ਆ, ਇਹਦੇ 'ਚ ਤੁਸੀਂ ਕੋਈ ਚੀਜ਼ ਸਪੋਜ਼ ਕਰੋ ਪਾਉਣੀ ਹੈ, ਅਤੇ ਕਿਵੇਂ ਪਾਓਗੇ? ਮਤਲਬ ਮੋਸਟਲੀ ਖਾਓਗੇ, ਪੀਓਗੇ, ਸੁੰਘੋਗੇ, ਇਹੀ ਤਰੀਕਾ ਆ। ਹਾਂ ਮੈਡੀਕਲ ਸਾਇੰਸ ਦੇ ਵਿੱਚ ਥੋੜ੍ਹਾ ਹੋਰ ਐਲੋਪੈਥੀ 'ਚ ਆ ਗਏ, ਹੋਰ ਚੀਜ਼ਾਂ 'ਚ ਕੁਝ IV ਦੇ ਜ਼ਰੀਏ ਕੁਛ ਉਸ ਰੂਪ ਦੇ ਅੰਦਰ ਸਾਰ, ਪਰ ਉਹ ਵੀ ਹੈ ਫਾਰ ਏ ਟਾਈਮ ਬੀਂਗ ਇਸ ਕਿਸਮ ਦੀ ਇੰਟਰਵੈਂਸ਼ਨ ਹੋਏਗੀ। ਅਦਰਵਾਈਜ਼ ਮਤਲਬ ਹੁਣ ਜਿਹੜਾ ਕੰਮ ਕਿਡਨੀਜ਼ ਕਰਦੀਆਂ ਨੇ ਅਤੇ ਜਿਹੜੇ ਲੋਕ ਖਾਸ ਕਰਕੇ ਡਾਇਲਸਿਸ ਵਗੈਰਾ 'ਤੇ ਚਲੇ ਜਾਂਦੇ ਨੇ, ਮਸ਼ੀਨਾਂ ਕਰਦੀਆਂ ਨੇ, ਦੇਖੋ ਤੁਸੀਂ ਜ਼ਿੰਦਗੀ ਕੀ ਹੈ? ਮਤਲਬ ਉਹ ਹੁਣ ਇਹ ਥੋੜ੍ਹਾ ਵੀ ਤੁਸੀਂ ਕੋਈ ਜ਼ਿੰਦਗੀ ਦੇ ਉਸ ਰੰਗ ਨੂੰ ਮਾਣ ਰਹੇ ਹੋ, ਕੋਈ ਕੰਟਰੀਬਿਊਟ ਕਰ ਰਹੇ ਹੋ, ਜਿਉ ਰਹੇ ਹੋ, ਸਾਰਾ ਕੁਝ, ਹੁਣ ਸਾਰਾ ਫੋਕਸ ਇੱਕੋ ਚੀਜ਼ 'ਤੇ ਸਾਰਾ ਸਿੱਧਾ ਮਾਇਨ ਆ ਨੈਚੁਰਲ ਵੇ ਦੇ ਨਾਲ। ਹੁਣ ਸਪੋਜ਼ ਸਰੀਰ ਬਣਾਉਣਾ, ਆਹਾਰ ਖੁਰਾਕ ਸਭ ਚੀਜ਼ਾਂ ਉਸ ਰੂਪ ਵਿੱਚ ਮਿਲਣਗੀਆਂ। ਅੱਛਾ ਮਨ ਬਣਾਉਣਾ ਹੈ ਕਿਸੇ ਚੀਜ਼ ਵਾਸਤੇ ਵੀ, ਕਿਵੇਂ ਬਣਾਓਗੇ ਜੀ? ਗੁਰੂ ਬਾਬਾ ਜੀ ਦੇ ਸ਼ਬਦ ਪੜ੍ਹਦੇ ਹਾਂ, ਬਾਬਾ ਜੀ ਕਹਿੰਦੇ ਗੁਰ ਮਤ ਮੇਰੇ ਹਿਰਦੇ ਤੂੰ ਆਓ, ਆਵਾਜ਼ਾਂ ਮਾਰੋ ਮਤ ਨੂੰ, ਸਮਝ ਨੂੰ, ਸੋਝੀ ਨੂੰ, ਮੇਰੇ ਘਰ ਆ, ਮੇਰੇ ਹਿਰਦੇ 'ਚ ਆ, ਮੇਰੇ ਜੀਵਨ 'ਚ ਆ, ਅਕਲ ਨੂੰ ਮਤਲਬ ਤੁਸੀਂ ਝੋਲੀਆਂ ਦੇਵੋ, ਅਕਲ ਮੇਰੇ ਕੋਲ ਆ, ਮੈਨੂੰ ਤੂੰ ਲੋੜੀਂਦੀ ਹੈ। ਇਹ ਬੰਦੇ ਦਾ ਇਹ ਸਾਡੇ ਜੀਵਨ ਦਾ ਆਚਾਰ ਹੋਏ, ਜੀਵਨ ਦਾ ਵਿਹਾਰ ਹੋਏ, ਤਾਂ ਜਾ ਕੇ ਸਾਡੇ ਆਲੇ ਦੁਆਲੇ ਸਮਝ ਜਿਹੜੀ ਹੈ ਉਹ ਇੱਕ ਤਰੀਕੇ ਨਾਲ ਆਪਣੇ ਆਪ ਨੂੰ ਉਹ ਡੈਕੋਰੇਟ ਕਰਦੀ ਹੈ। ਜਿਹਨੂੰ ਜਦੋਂ ਤੁਹਾਨੂੰ ਕੋਈ ਰਿਸਪੈਕਟ ਕਰਦਾ ਆ, ਤੁਹਾਨੂੰ ਕੋਈ ਜੀਆਂ ਕਹਿੰਦਾ, ਤੁਹਾਨੂੰ ਕੋਈ ਬੁਲਾਉਂਦਾ, ਇਹ ਤੁਹਾਨੂੰ ਨਹੀਂ ਬੁਲਾ ਰਿਹਾ, ਤੁਹਾਡੀ ਸਮਝ, ਤੁਹਾਡੀ ਲਿਆਕਤ, ਤੁਹਾਡੀ ਉਸ ਸਾਰੀ ਦੀ ਜਿਹੜੀ ਡੈਕੋਰੇਸ਼ਨ ਹੈ ਨਾ, ਉਹਨੂੰ ਸਲਿਊਟ ਹੋ ਰਿਹਾ ਆ। ਅਸੀਂ ਇਹ ਭੁੱਲ ਜਾਂਦੇ ਹਾਂ, ਮੈਂ ਆਪਣੇ ਆਪ ਨੂੰ ਕਹਿੰਦਾ ਵੀ ਲੈ ਇਹ ਕਿਹੜੀ ਗੱਲ ਹੈ, ਜਿਵੇਂ ਹੀ ਉਹ ਡੈਕੋਰੇਸ਼ਨ ਘਟਦੀ ਹੈ ਉਹੀ ਲੋਕ ਉਹ ਕਹਿੰਦੇ ਨਾ ਇਹ ਆਹ ਚੀਜ਼ ਨੂੰ ਸਮਝੋ ਅਤੇ ਇਹ ਕਿਵੇਂ ਪ੍ਰਾਪਤ ਕਰੀਏ ਜੀ? ਦੇਖੋ ਜਿਹਦੀ ਸਿਫਤ ਕਰੋਗੇ ਮਨ ਗਾਹਕ ਬਣੇਗਾ ਉਹਦਾ, ਜਿਹਨੂੰ ਵਾਰ ਵਾਰ ਕਹੋਗੇ ਸੁਣੋਗੇ
ਉਹ ਜੀਵਨ 'ਚ ਕਿਤੇ ਨਾ ਕਿਤੇ ਨਜ਼ਰਯਾਬ ਹੋਏਗਾ ਤੁਹਾਨੂੰ, ਬੋਲਦਾ ਹੋਇਆ ਤੁਹਾਨੂੰ, ਸੁਣਦਾ ਹੋਇਆ ਤੁਹਾਨੂੰ, ਵੇਖਦਾ ਹੋਇਆ। ਪਰ ਬਾਬਾ ਜੀ ਕਹਿੰਦੇ ਕਰਦਿਆਂ ਹੋਇਆਂ ਇਹ ਨਾ ਜਾਣੀ, ਇਹ ਸਾਡਾ ਬੜਾ ਵੱਡੀ ਮੁਸ਼ਕਲ ਹੈ। ਮੈਂ ਰੱਬ ਨੂੰ ਪਾ ਲਿਆ, ਫਲਾਣੇ ਨੇ ਰੱਬ ਨੂੰ ਪਾ ਲਿਆ, ਉਹ ਰੱਬ ਤੱਕ ਪਹੁੰਚ ਗਿਆ, ਰੱਬ ਤੋਂ ਉਰਾਂ ਤੁਸੀਂ ਮਾਫ਼ੀ ਮੰਗਾਂਗਾ, ਥਾਂ ਹੀ ਨਹੀਂ ਸਾਨੂੰ ਲੱਭਦੀ। ਬਾਬਾ ਜੀ ਕਹਿੰਦੇ ਉਹਦਾ ਤਾਂ ਪਤਾ ਹੀ ਕੋਈ ਨਹੀਂ ਗਾ, ਕੌਣ ਪਾਏਗਾ ਅੰਤ ਉਹਦਾ, ਉਸ ਬੇਅੰਤ ਨੂੰ ਕਿਵੇਂ ਨਿਹਾਰੋਗੇ, ਕਿਵੇਂ ਵੇਖੋਗੇ, ਕਿਵੇਂ ਨੇਤਰਾਂ 'ਚ ਆਪਣੇ ਪਾਓਗੇ। ਹੁਣ ਉਸ ਪਾਸੇ ਗੱਲ ਚੱਲ ਰਹੀ ਹੈ ਜਪਜੀ ਸਾਹਿਬ ਦੀ, ਕਿਉਂਕਿ ਜਿਹੜੀ ਬੀਤੇ 'ਚ ਅਸੀਂ ਵਿਚਾਰਦੇ ਆ ਰਹੇ ਸੀ ਨਾ, ਮਹਾਰਾਜ ਕਹਿੰਦੇ ਕੁਦਰਤ ਨਿਹਾਰਦਾ ਆ, ਕੁਦਰਤ ਦਾ ਅੰਤ ਨਹੀਂ ਪਾਉਂਦਾ ਅਤੇ ਕੁਦਰਤ ਦੇ 'ਚ ਬੈਠੇ ਕਾਦਰ ਨੂੰ ਕਿਵੇਂ ਪਾਏਗਾ। ਸਚਿਆਰ ਹੋ, ਜਿਹੜਾ ਕਾਰਜ ਕਰਨ ਵਾਲਾ ਉਹਦੇ 'ਤੇ ਫੋਕਸ ਕਰ, ਉਹਦੇ 'ਤੇ ਐਮਫਸਾਈਜ਼ ਕਰ। ਇਹਨੂੰ ਸਰਲ ਕਰ ਦੇਣਾ ਆਪਣੇ ਜੀਵਨ ਦੇ ਵਿੱਚ। ਮੈਨੂੰ ਇਹ ਹੁੰਦਾ, ਮਤਲਬ ਸਪੋਜ਼ ਕਰੋ ਰੱਬ ਹੈ ਕ੍ਰੀਏਟਰ, ਅੱਛਾ ਉਹਨੇ ਕੁਝ ਰੋਲ ਮੈਨੂੰ ਵੀ ਦਿੱਤਾ, ਮੈਂ ਵੀ ਕ੍ਰੀਏਟਰ, ਕ੍ਰੀਏਟਰ ਕਿਵੇਂ ਮੈਂ ਆਪਣੀ ਰਿਸ਼ਤੇ, ਪਰਿਵਾਰ, ਬੱਚੇ, ਇਹਨਾਂ 'ਚ ਮੇਰਾ ਰੋਲ ਹੈ। ਅਤੇ ਮੈਂ ਕਹਿੰਦਾ ਬਸ ਇਹਨਾਂ ਨੂੰ ਐਨ ਬਿਲਕੁਲ ਆਪਣੇ ਮੁਤਾਬਕ ਨਾ, ਜਿਵੇਂ ਮਿੱਟੀ ਢਾਲ ਕੇ ਮੂਰਤੀ ਬਣਾਈ ਦੀ ਐਵੇਂ ਬਣਾ ਦਿਆਂਗਾ। ਅਤੇ ਉਹ ਬਣਾਉਂਦਿਆਂ ਬਣਾਉਂਦਿਆਂ ਕਈ ਵਾਰੀ ਉਹ ਮਿੱਟੀ ਵੀ ਨਹੀਂ ਰਹਿੰਦੀ, ਫਿਰ ਕੀ ਕੀਤਾ ਜਾਏ। ਐਂਡ ਗੋਲ ਦੇਖਿਆ ਜਾਏ, ਐਂਡ ਗੇਮ ਕੀ ਹੈ, ਐਂਡ ਗੇਮ ਇਹ ਹੈ ਕਿ ਮੈਨੂੰ ਇੱਕ ਅਧਨਾ ਜਿਹਾ ਰੋਲ ਦਿੱਤਾ ਕੁਦਰਤ ਨੇ, ਉਹ ਬੜੀ ਇਮਾਨਦਾਰੀ ਨਾਲ ਕਰਾਂ, ਬਾਕੀ ਜੋ ਉਹਨੂੰ ਪਾਵੇ। ਕੋਈ ਮੇਰੇ 'ਚ ਉਹ ਥੋੜ੍ਹਾ ਕੋ, ਮੈਂ ਕਿਸ ਚੀਜ਼ ਨੂੰ, ਮੈਂ ਕਿਹੜਾ ਜਾਣਦਾ ਕੀ ਹੋਣਾ, ਕੱਲ੍ਹ ਨਾਮ ਕਾਲ ਦਾ ਹੈ। ਇਸ ਸਾਰੇ ਦਾ ਅਹਿਸਾਸ ਇਹਨਾਂ ਬਚਨਾਂ ਨੂੰ ਪੜ੍ਹਦਿਆਂ ਪੜ੍ਹਦਿਆਂ ਆਉਂਦਾ ਹੈ। ਹੁਣ ਆ ਜਾਓ ਬਚਨ 'ਤੇ ਵਾਪਸ। ਅੰਤ ਨ ਸਿਫਤੀ ਕਹਿਣ ਨਾ ਅੰਤ। ਮਹਾਰਾਜ ਜੋ ਬਿਆਨ ਕਰਦੇ, ਆਲ ਮਾਈਟ ਇਜ਼ ਪ੍ਰੇਜ਼ਿਜ਼ ਆਰ ਐਂਡਲੈਸ ਐਂਡ ਦੇਰ ਇਜ਼ ਨੋ ਐਂਡ ਟੂ ਸੇਇੰਗ ਦੋਜ਼ ਪ੍ਰੇਜ਼ਿਜ਼। ਮੈਂ ਜਿਵੇਂ ਸਿਫਤ ਕਰ ਦਿੱਤੀ ਉਹਦੀ, ਜਿਵੇਂ ਉਹਨੂੰ ਵਡਿਆ ਦਿੱਤਾ, ਜਿਵੇਂ ਉਹ ਬਿਆਨ ਕਰਤਾ, ਬਸ ਐਂਡ ਹੋ ਗਿਆ ਜੀ। ਇਦੋਂ ਬਾਬਾ ਜੀ ਕਹਿੰਦੇ ਨਾ, ਤੂੰ ਤਾਂ ਕੁਛ ਵੀ ਨਹੀਂ, ਇਹ ਸਾਰਾ ਸ਼ਬਦ ਉਸ ਪਾਸੇ ਲੈ ਕੇ ਜਾਏਗਾ। ਅਕਾਲ ਪੁਰਖ ਦੇ ਗੁਣਾਂ ਦਾ ਕੋਈ ਹੱਦ ਬੰਨਾ ਨਹੀਂ, ਗਿਣਨ ਨਾਲ ਭਾਵ ਸਿਫਤਾਂ ਨਾਲ, ਸਿਫਤਾਂ ਕਰਨ ਜਾਂ ਕਹਿਣ ਮਾਤਰ ਨਾਲ ਕੋਈ ਅੰਤ ਥੋੜ੍ਹਾ ਪਾਇਆ ਜਾ ਸਕਦਾ ਹੈ। ਬਹੁਤ ਕੁਝ ਇਹਦੇ ਬਾਬਤ ਹੋਰ ਬਿਆਨ ਕੀਤਾ ਜਾ ਸਕਦਾ, ਮੈਂ ਇੱਕ ਦੋ ਇਗਜ਼ਾਮਪਲ ਤੁਹਾਡੇ ਸਾਹਮਣੇ ਦੇ ਕੇ ਅਗਲੀ ਪੰਕਤੀ 'ਤੇ ਆ ਜਾਂਦਾ ਹਾਂ। ਜੋ ਬਚਨ ਆਇਆ ਕਿ ਖਾਤ ਖਰਚਤ ਬਿਲਛਤ ਰਹੇ ਟੂਟ ਨਾ ਜਾਹੇ ਭੰਡਾਰ, ਹਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸ਼ੁਮਾਰ। ਹਰ ਹਰ ਜਪਤ ਅਨੇਕ ਜਨ, ਦੋ ਚਾਰ ਪੰਜ ਦਸ ਨਹੀਂ ਗਏ, ਪਤਾ ਨਹੀਂ ਕਿਤਨੇ ਪਰੇ ਹੈ। ਇੰਨਾ ਜਪਣ ਧਿਆਉਣ ਕਹਿਣ ਦੇ ਬਾਵਜੂਦ ਵੀ ਸ਼ੁਮਾਰਤਾ ਥੋੜ੍ਹੀ ਹੈ, ਕੋਈ ਕੋਈ ਇਹ ਥੋੜ੍ਹਾ ਕਿ ਤੁਸੀਂ ਉਸਨੂੰ ਜਿਹੜਾ ਉਸ ਰੂਪ ਵਿੱਚ ਪਕੜ ਲਓਗੇ। ਉਸਤਤ ਕਰਹਿ ਸੇਵਕ ਮੁਨ ਕੇਤੇ ਤੇਰਾ, ਅੰਤ ਨਾ ਕਤਹੂੰ ਪਾਇਆ, ਕਤਹੂੰ ਪਾਇਆ, ਪੋਸੀਬਿਲਿਟੀ ਨਹੀਂ ਗੀ, ਮੀਨ ਇਹ ਏਮ ਹੀ ਨਹੀਂ, ਇਹ ਗੋਲ ਹੀ ਨਹੀਂ ਜ਼ਿੰਦਗੀ ਦਾ। ਇੱਥੇ ਉਹਨੂੰ ਉਸ, ਇਹੀ ਸਾਡਾ ਰਿਹਾ ਪੁਰਾਣਾ ਸ਼ਾਸਤਰੀ ਧਾਰਾ ਦੇ ਵਿੱਚ, ਸਾਊਥ ਏਸ਼ੀਅਨ ਖਿੱਤੇ ਦੇ ਵਿੱਚ, ਕਿ ਇਹਨੇ ਰੱਬ ਪਾ ਲਿਆ, ਇਹਨੇ ਕੋਲ ਰੱਬ ਆ ਗਿਆ, ਇਹਦੇ ਕੋਲ ਸ਼ਕਤੀ ਆ ਗਈ, ਇਹਨੇ ਫੜ ਲਿਆ। ਇਹ ਸਾਰੇ ਦੇ ਅੰਦਰ ਡੀਪ ਐਂਡ ਦੇ ਵਿੱਚ ਜੀਵਨ ਨਰਕ ਘੋਰ ਦਾ ਦੁਆਰ ਬਣਦਾ ਗਿਆ, ਅਤੇ ਬੰਦਾ ਕਿਸੇ ਸਵਰਗ ਦੀ ਖਾਹਿਸ਼ 'ਚ ਮਰਦਾ ਗਿਆ। ਬਾਬਾ ਜੀ ਨੇ ਕਿਹਾ ਪਗਡੰਡੀ ਸਹੀ ਪਕੜੀਏ, ਬੇਅੰਤ ਨੂੰ ਕਿਵੇਂ ਪਕੜੋਗੇ, ਲਫਜ਼ਾਂ ਅਲਫਾਜ਼ਾਂ ਹਰਫਾਂ ਦੇ ਜ਼ਰੀਏ। ਸੋ ਇਸ ਕਿਸਮ ਦੀ ਬਾਤ ਸ਼ੁਰੂ ਹੋਈ ਹੈ। ਹੁਣ ਆ ਜਾਓ ਅਗਲੀ ਪੰਕਤੀ ਦੇ ਉੱਤੇ। ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਦੇਰ ਇਜ਼ ਨੋ ਐਂਡ ਟੂ ਦਾ ਆਲ ਮਾਈਟੀਜ਼ ਯੂਨੀਵਰਸਲ ਐਕਸ਼ਨਸ ਐਂਡ ਦ ਬਲੈਸਿੰਗਸ ਔਫ ਔਰ ਗਿਫਟਸ ਔਫ ਅਕਾਲ ਪੁਰਖ ਵਾਹਿਗੁਰੂ। ਉਹਦੀ ਰਚਨਾ ਅਤੇ ਉਹਦੀਆਂ ਦਾਤਾਂ ਦਾ ਕੋਈ ਥੋ ਥੋੜ੍ਹਾ ਆ। ਅੰਤ ਨਾ ਕਰਨਾ ਦੇਣ ਨਾ ਅੰਤ, ਉਹਦੇ ਕਰਨੇ ਦਾ ਅੰਤ ਕੀ ਪਾਵਾਂਗੇ। ਮੈਨੂੰ ਇਹ ਲੱਗਦਾ ਆ ਕਿ ਜਿਹੜਾ ਨਾ ਮੈਨੂੰ ਜਿਵੇਂ ਮੈਂ ਹੁੰਦਾ ਹੋਇਆ ਵੇਖਣਾ ਚਾਹੁੰਦਾ ਹਾਂ ਉਹੀ ਬਸ ਠੀਕ ਆ, ਅਤੇ ਜੇ ਉਸ ਤੋਂ ਮਾੜਾ ਜਿਹਾ ਸੱਜੇ ਖੱਬੇ ਹੁੰਦਾ ਮੈਨੂੰ ਲੱਗਦਾ ਠੀਕ ਨਹੀਂ। ਮੇਰੀ ਸਮੱਸਿਆ ਇੱਥੋਂ ਖੜ੍ਹ ਸ਼ੁਰੂ ਹੁੰਦੀ ਹੈ।
ਹਕੀਕਤ ਇਹ ਹੈ ਮੈਨੂੰ ਕੋਈ ਪਤਾ ਨਹੀਂ ਉਹ ਵਾਹਿਗੁਰੂ ਕਿਵੇਂ ਕਿਸ ਰੂਪ ਵਿੱਚ ਕਰੇਗਾ, ਕਿਸ ਰੂਪ ਵਿੱਚ ਪਸਾਰਾ ਪਸਾਰੇਗਾ। ਇੱਕ ਦੋ ਮਿਸਾਲਾਂ ਦੇ ਦਿੰਦਾ ਤੁਹਾਡੇ ਸਾਹਮਣੇ, ਇੱਕ ਘਰੋਗੀ ਜੀਵਨ 'ਚੋਂ ਲੈ ਲਓ, ਇੱਕ ਵੱਡੇ ਪੱਧਰ 'ਤੇ ਲੈ ਲਓ। ਵੱਡੇ ਪੱਧਰ 'ਤੇ ਲੈਣੀ ਹੋਏ ਤਾਂ ਮੈਂ ਇੱਕ ਡਾਕੂਮੈਂਟ ਪੜ੍ਹ ਰਿਹਾ ਸੀਗਾ ਅਤੇ ਇੱਕ ਪਿੱਛੇ ਇੱਕ ਪੌਪ ਬਣਿਆ ਸੀਗਾ ਅਤੇ ਉਹਦੇ ਲਈ ਹੁੰਦਾ ਸੀਗਾ ਕਿ ਮਤਲਬ ਪੌਪ ਨੂੰ ਐਟਲੀਸਟ ਫਰੈਂਚ ਅਤੇ ਇਟਾਲੀਅਨ ਦੋ ਲੈਂਗੁਏਜ ਆਉਣੀਆਂ ਬੜੀਆਂ ਜ਼ਰੂਰੀ ਹੁੰਦੀਆਂ ਨੇ। ਇਟਾਲੀਅਨ ਭਾਵੇਂ ਘੱਟ ਵੀ ਇਹਦੇ 'ਚ ਕੰਮ ਚੱਲ ਜਾਏਗਾ, ਫਰੈਂਚ ਉਹਨੂੰ ਪ੍ਰੋਪਰ ਆਉਣੀ ਚਾਹੀਦੀ ਹੈ ਕਿਉਂਕਿ ਮੋਸਟਲੀ ਡਾਕੂਮੈਂਟੇਸ਼ਨ ਜਿਹੜੀ ਹੈ ਪੁਰਾਣੀ ਉਹ ਸਾਰੀ ਫਰੈਂਚ 'ਚ ਹੈ, ਸੋ ਉਹਨੂੰ ਉਹਦਾ ਤਾਂ ਪਤਾ ਹੋਏ ਉਸ ਰੂਪ ਦੇ ਵਿੱਚ। ਅਤੇ ਇੱਕ ਲੈਟਿਨ ਅਮੈਰੀਕਨ ਸ਼ਖਸੀਅਤ ਉਹਨਾਂ ਨੇ ਪੌਪ ਬਣਾਇਆ ਸੀਗਾ ਆਪਣਾ, ਅਤੇ ਉਹ ਪਹਿਲਾਂ ਤਾਂ ਉਹ ਸਪੈਨਿਸ਼ ਵਿੱਚ ਸੀਗਾ ਐਕਸਪਰਟ, ਫਿਰ ਇੰਗਲਿਸ਼ 'ਚ ਡੈਫੀਨੇਟਲੀ ਹੋਇਆ। ਉਸ ਤੋਂ ਬਾਅਦ ਉਹਨੂੰ ਇੱਕ ਵਾਰੀ ਜਿਹੜਾ ਐਜ਼ ਏ ਕਾਰਡੀਨਲ ਜਿਹਾ ਲਗਾਉਂਦੇ ਨੇ, ਇੱਕ ਪੋਜੀਸ਼ਨ ਹੁੰਦੀ ਉਹਨਾਂ ਦੀ, ਅਤੇ ਉਹਦੇ 'ਚ ਉਹਨੂੰ ਫਰੈਂਚ ਏਰੀਆ 'ਚ ਲਗਾ ਤਾ, ਫਰੈਂਚ ਕਲੋਨੀ ਦੇ ਵਿੱਚ। ਉਹ ਬੜਾ ਤੰਗ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹੀ ਪ੍ਰੇਅਰਸ ਕਰੇ ਵੀ ਜਾਨ ਛਡਾਓ ਇੱਥੋਂ, ਨਾ ਮੈਨੂੰ ਇਹਨਾਂ ਦੀ ਸਮਝ ਆਉਂਦੀ, ਨਾ ਇਹਨਾਂ ਨੂੰ ਮੇਰੀ ਸਮਝ ਆਉਂਦੀ, ਅਤੇ ਇਹ ਮੁਸੀਬਤ ਬਣ ਗਈ ਇਸ ਰੂਪ ਦੇ ਵਿੱਚ, ਅਤੇ ਮਰਸੀ ਮਰਸੀ ਕਰਦਿਆਂ ਕੰਮ ਚਲਾ ਰਹੇ ਹਾਂ ਕਿਸੇ ਤਰੀਕੇ ਦੇ ਨਾਲ, ਕੀਤਾ ਕੀ ਜਾਏ। ਅਖੀਰ ਕਰਦਿਆਂ ਕਰਦਿਆਂ ਥੋੜ੍ਹੀ ਥੋੜ੍ਹੀ ਪਕੜ ਆਈ, ਥੋੜ੍ਹੀ ਥੋੜ੍ਹੀ ਬਾਤ ਬਣੀ, ਹੌਲੀ 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 ਫਰੈਂਚ ਕਾਫੀ ਹੱਦ ਤੱਕ ਗ੍ਰਿਪ ਵਿੱਚ ਆ ਗਏ। ਖੈਰ ਉਹ ਜਦੋਂ ਸਾਰਾ ਕੁਛ ਹੋ ਗਿਆ ਉੱਥੋਂ, ਇੱਕ ਦਿਨ ਉਹਦੀ ਜਿਹੜੀ ਦੁਬਾਰਾ ਉਹਦੀ ਉਹਦੇ ਉੱਥੋਂ ਤਬਾਦਲਾ ਹੋਇਆ ਉਹਦਾ, ਉਹ ਕਹਿੰਦਾ ਠੀਕ ਹੈ। ਕੁਝ ਸਮੇਂ ਬਾਅਦ ਉਹਨੂੰ ਪੌਪ ਦੀ ਪੋਜੀਸ਼ਨ ਮਿਲ ਗਈ। ਜਦੋਂ ਮਿਲੀ ਉਦੋਂ ਰਿਅਲਾਈਜ਼ ਹੋਇਆ ਕਿ ਉਹ ਇਹ ਤਾਂ ਕਿਸੇ ਵੱਡੇ ਦੀ ਵੱਡੀ ਗੇਮ ਸੀਗੀ, ਮੈਂ ਕੁਛ ਹੋਰ ਹੀ ਸਮਝੀ ਬੈਠਾ ਸੀਗਾ, ਮੈਨੂੰ ਕੋਈ ਪਤਾ ਨਹੀਂ ਗਾ ਕਿ ਉਹ ਕਿਸ ਰੂਪ ਵਿੱਚ ਖੇਡ ਰਿਹਾ ਆ। ਆਪਾਂ ਘਰੋਗੀ ਜੀਵਨ ਵਿੱਚ ਦੇਖੀਏ, ਘਰੋਗੀ ਜੀਵਨ ਦੇ ਅੰਦਰ ਇਹ ਹੁੰਦਾ ਕਿ ਸੰਸਾਰਕ ਤੌਰ 'ਤੇ ਸਾਨੂੰ ਕੋਈ ਕਿਸੇ ਰੂਪ ਵਿੱਚ ਮੁਸ਼ਕਲ ਚੈਲੇਂਜ ਆਉਂਦਾ, ਹਾਲਾਂਕਿ ਉਹ ਮੁਸ਼ਕਲ ਚੈਲੇਂਜ ਨੂੰ ਅਸੀਂ ਹਾਂ ਵਕਤੀ ਤੌਰ 'ਤੇ ਸਾਨੂੰ ਲੱਗਦਾ ਪਛਮੀਨੀ ਦੇਣ ਵਾਲਾ ਆ, ਪਰ ਡੀਪ ਐਂਡ 'ਤੇ ਦੇਖੋਗੇ ਕਈ ਵਾਰੀ ਉਹੀ ਚੀਜ਼ ਇੱਡੇ ਵੱਡੇ ਬੈਨੀਫਿਸ਼ੀਅਲ ਵਾਸਤੇ ਆਉਂਦੀ ਸਾਡੇ ਕਿ ਸਾਨੂੰ ਕੋਈ ਅਹਿਸਾਸ ਨਹੀਂ। ਇੱਥੇ ਆ ਅੰਤ ਨਾ ਕਰਨਾ ਦੇਣ ਨਾ ਅੰਤ, ਨਾ ਉਹਦੇ ਕਰਨੇ ਦਾ ਅੰਤ ਹੈ ਨਾ ਉਹਦੇ ਦੇਣ ਦਾ ਅੰਤ ਹੈ। ਮਤਲਬ ਤੁਸੀਂ ਉਸਨੂੰ ਆਪਣੇ ਤਰੀਕੇ ਨਾਲ ਮੈਜਰ ਕਰਕੇ ਨਹੀਂ ਕਹਿ ਸਕਦੇ ਕਿ ਆ ਇਸ ਰੂਪ ਦੇ 'ਚ ਇਹ ਵਾਪਰ ਰਿਹਾ ਇਸ ਤਰੀਕੇ ਨਾਲ। ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਇਹਦੀ ਟਰਾਂਸਲੇਸ਼ਨ 'ਚ ਥੋੜ੍ਹਾ ਜਿਹਾ ਭਾਵ ਇਹ ਹੈ ਕਿ ਮੈਂ ਦੋ ਤਿੰਨ ਟੀਕਾਕਾਰ ਉਸ ਰੂਪ ਦੇ 'ਚ ਬੈਕ ਟੂ ਬੈਕ ਦੇਖੇ ਸੀ, ਉਹਦੇ 'ਚ ਇਸ ਤਰ੍ਹਾਂ ਜਾਣੋ ਕਿ ਕਈ ਵਾਰੀ ਕੋਈ ਕੋਈ ਪੰਕਤੀ ਦਾ ਆਪੋ ਆਪਣਾ ਆਭਾਸ ਵੀ ਹੁੰਦਾ ਆ, ਜਿਵੇਂ ਹੁਣ ਇੱਥੇ ਆ ਰਿਹਾ ਵੇਖਣ ਅਤੇ ਸੁਣਨ ਨਾਲ ਵੀ ਉਸਦੇ ਗੁਣਾਂ ਦਾ ਪਾਰ ਉਤਾਰਾ ਜਾਂ ਪਾਰਾਵਾਰ ਨਹੀਂ ਪਾਇਆ ਜਾ ਸਕੀਦਾ, ਪਹਿਲਾ ਰੂਪ ਲੈ ਲਓ। ਦੂਸਰਾ ਹੈ ਵਾਹਿਗੁਰੂ ਨਾਲੋਂ ਜੀਵਾਂ ਦੀ ਸੰਭਾਲ ਕਰਨ ਦਾ ਕੋਈ ਅੰਤ ਨਹੀਂ, ਉਹਨਾਂ ਦੀਆਂ ਅਰਦਾਸਾਂ ਸੁਣਨ ਦਾ ਵੀ ਕੋਈ ਅੰਤ ਨਹੀਂ, ਉਹ ਵਾਹਿਗੁਰੂ ਜਿਸ ਢੰਗ ਨਾਲ ਸੰਭਾਲ ਕਰਦਾ ਇਹਦਾ ਵੀ ਕੋਈ ਅਰੁਆਰਾ ਪਾਰ ਨਹੀਂ ਪਾਇਆ ਜਾ ਸਕਦਾ, ਅਤੇ ਜਿਵੇਂ ਉਹ ਸਾਡੀਆਂ ਅਰਦਾਸਾਂ ਸੁਣਦਾ ਇਹਦਾ ਵੀ ਕੋਈ ਅਰੁਆਰਲਾ ਪਾਰਲਾ ਬੰਨਾ ਨਹੀਂ ਪਾਇਆ ਜਾ ਸਕਦਾ। ਦੋਨਾਂ ਹੀ ਰੂਪਾਂ ਦੇ ਵਿੱਚ ਜੇ ਅਸੀਂ ਡੀਪ ਲੈਵਲ 'ਤੇ ਦੇਖੀਏ, ਦੇਰ ਇਜ਼ ਨੋ ਐਂਡ ਟੂ ਦ ਵੇ ਆਲ ਮਾਈਟ ਇਜ਼ ਟੇਕਿੰਗ ਕੇਅਰ ਆਫ ਬੀਂਗਸ ਐਂਡ ਹੀ ਲਿਸਨਸ ਟੂ ਆਵਰ ਰਿਕੁਐਸਟ ਐਂਡਲੈਸਲੀ। ਮਤਲਬ ਬੱਚਾ ਆ, ਬੱਚਾ ਸਾਡੇ ਕੋਲ ਇੱਕ ਵਾਰੀ ਗੱਲ ਪੁੱਛਦਾ, ਇੱਕ ਵਾਰੀ ਗੱਲ ਕਹਿੰਦਾ, ਅਸੀਂ ਮੰਨ ਲੈਂਦੇ, ਦੂਜੀ ਵਾਰੀ ਫਿਰ ਤੀਜੀ ਵਾਰੀ ਚੌਥੀ ਪੰਜੀ ਵਾਰੀ ਤਾਂ ਕਹਿੰਦੇ ਵੀ ਤੇਰਾ ਕੰਮ ਹੀ ਨੈਗਿੰਗ ਕਰਨਾ ਆ, ਆਮ ਨੋਟ ਗੁਣ ਲਿਸਨ। ਉਹਦਾ ਵੀ ਅਹਿਸਾਸ ਕਰੋ ਨਾ, ਜਿਹੜਾ ਮਤਲਬ ਜਿਹਨੂੰ ਕਿਹਾ ਗਿਆ ਸਾਹਿਬ ਮੇਰਾ ਨੀਤ ਨਵਾਂ, ਨਿਤ ਨਵਾਂ ਹੋ ਕੇ ਮਿਲਦਾ। ਜਿੱਦਣ ਤੁਸੀਂ ਉਹਨੂੰ ਪ੍ਰੇਅਰ ਕਰਨ ਜਾਂਦੇ ਹੋ ਨਵੇਂ ਰੂਪ 'ਚ, ਉਸ ਪ੍ਰੇਅਰ ਨੂੰ ਪ੍ਰਾਰਥਨਾ ਨੂੰ ਸੁਣਦਾ, ਜਿਵੇਂ ਪਹਿਲੀ ਵਾਰੀ ਦੱਸਣ ਆਇਓ, ਪਹਿਲੀ ਵਾਰੀ ਪੁੱਛਣ ਆਇਓ, ਪਹਿਲੀ ਇਹ ਜਿਹੜੀ ਤਰੀਕੇ ਕਾਰਤਾ ਆ। ਬਾਬਾ ਜੀ ਕਹਿੰਦੇ ਅੰਤ ਨਾ ਵੇਖਣ ਸੁਣਨ ਨਾ ਅੰਤ, ਕੋਈ ਅੰਤ ਥੋੜ੍ਹਾ ਆ ਉਸ ਬੇਅੰਤ ਦਾ। ਤਾਂ ਇਹ ਲੈਵਲ ਜਿਹੜਾ, ਇਹਨੂੰ ਮਾਣ ਆਪਣੀ ਸੁਰਤ ਦੇ ਅੰਦਰ, ਇਹਨੂੰ ਅਹਿਸਾਸ ਉਸ ਰੂਪ ਦੇ ਅੰਦਰ, ਇਹ ਐਕਚੁਲੀ ਰੰਗ ਹੈ ਵਿਸਮਾਦ ਦਾ। ਜਿਵੇਂ ਆਪਾਂ ਥੱਲੇ ਵੀ ਇਹਦਾ ਪ੍ਰਮਾਣ ਰੂਪ 'ਚ ਦੇਖ ਰਹੇ ਹਾਂ ਵੀ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਅੱਛਾ, ਸਦ ਸੁਣਦਾ ਸਦ ਵੇਖਦਾ, ਇਹ ਸਾਨੂੰ ਕਿਵੇਂ ਅਹਿਸਾਸ ਹੋਏ? ਅਹਿਸਾਸ ਹੋਏ ਜਦੋਂ ਸ਼ਬਦ
ਜਦੋਂ ਉਸ ਕਿਸਮ ਦੇ ਸਕੂਲ ਆਫ ਥੋਟ ਨੂੰ ਜਿਹੜੀਆਂ ਵਿਚਾਰਾਂ ਪ੍ਰਜੈਂਟ ਕਰਦੀਆਂ ਨੇ ਉਹਨਾਂ ਦੇ ਨਾਲ ਸਾਡੀ ਐਸੋਸੀਏਸ਼ਨ ਬਣ ਜਾਏ, ਉਹਨਾਂ ਨਾਲ ਕਿਤੇ ਸਾਂਝ ਬਣ ਆਵੇ, ਫਿਰ ਉਹਨੂੰ ਸਾਨੂੰ ਉਸ ਬੇਅੰਤ ਦੇ ਇਸ ਰੰਗ ਨੂੰ ਅਸੀਂ ਥੋੜ੍ਹਾ ਮਾਣ ਸਕਦੇ ਹੈਗੇ ਹਾਂ। ਹੁਣ ਆ ਜਾਓ ਅੱਗੇ, ਅੰਤ ਨਾ ਜਾਪੈ ਕਿਆ ਮਨਮੰਤ, ਕਿਆ ਮਨਮੰਤ। ਹੁਣ ਇਸ ਤਰ੍ਹਾਂ ਹੈ ਕਿ ਜਿਹੜਾ ਇਹ ਸਾਡੇ ਮਨ ਮੰਦਰ ਵਿੱਚ ਜੋ ਚੀਜ਼ ਚੱਲ ਰਹੀ ਹੁੰਦੀ ਉਹਦੇ ਬਾਰੇ ਮੋਸਟਲੀ ਸਾਨੂੰ ਕਈ ਵਾਰੀ ਅਹਿਸਾਸ ਹੁੰਦਾ, ਕਈ ਵਾਰੀ ਅਹਿਸਾਸ ਵੀ ਨਹੀਂ ਹੁੰਦਾ। ਆਪਣੇ ਬਾਰੇ ਗੱਲ ਕਰੀਏ, ਇੱਥੇ ਮਨ ਦੇ ਲਹਿਜ਼ੇ ਵਿੱਚ ਕਿਹੜੀ ਚੀਜ਼ ਚੱਲ ਰਹੀ ਹੈ। ਆਪਾਂ ਪੰਜਾਬੀ 'ਚ ਇੱਕ ਈਡੀਅਮ ਹੈ, ਉਹ ਕਹਿੰਦੇ ਸੌਂ ਦਈਏ ਜੀ ਦੀ ਨਾ ਪੁੱਤ ਦੀ ਨਾ ਧੀ ਦੀ, ਇਹ ਕਿਹਾ ਜਾਂਦਾ ਫੋਕਲੋਰ ਦੇ ਵਿੱਚ। ਜਦੋਂ ਗੁਰਬਾਣੀ ਨੂੰ ਪੜ੍ਹੋਗੇ ਗੁਰਬਾਣੀ ਕਹੇਗੀ ਨਹੀਂ ਨਹੀਂ ਇਹ ਅੱਧਾ ਸੱਚ ਹੈ, ਪੂਰਾ ਸੱਚ ਪਕੜ ਲਓ। ਹੁਣ ਪੂਰਾ ਸੱਚ ਇਹ ਹੈ ਵੀ ਪੁੱਤ ਧੀ ਦੀ ਸਹੁੰ ਤਾਂ ਕੀ ਦਿਓਗੇ, ਆਪਣੀ ਵੀ ਸਹੁੰ ਨਹੀਂ ਦੇ ਸਕਦੇ। ਇਸ ਸਮੇਂ ਜਿਸ ਕਿਸਮ ਦੇ ਆਈਡੀਆਸ ਜਾਂ ਆਈਡੀਆਲੋਜੀ 'ਤੇ ਮੈਂ ਖੜ੍ਹਾ ਹਾਂ, ਅਗਲੇ ਪਲ ਇਹਦੇ 'ਚ ਹੋਵਾਂਗਾ ਕੋਈ ਗਰੰਟੀ ਨਹੀਂ। ਜੇ ਹੁੰਦੀ ਤਾਂ ਬਾਬਾ ਕਬੀਰ ਸਰੀਖੀਆਂ ਰੂਹਾਂ ਕਿਉਂ ਇਹ ਬਾਤ ਕਹਿੰਦੀਆਂ, ਕਬੀਰ ਗਰਭ ਨਾ ਕੀਜੀਏ ਰੰਕ ਨਾ ਹੱਸਿਓ ਕੋਈ, ਕਿਉਂ ਅਜੋ ਸੋ ਨਾਉ ਸਮੁੰਦਰ ਮੈਂ, ਅਜੇ ਬੇੜੀ ਪਾਣੀ ਦੇ ਵਿੱਚ ਹੀ ਬਈ। ਜਹਾਜ਼ 'ਤੇ ਟਰੈਵਲ ਕਰਦੇ ਹਾਂ ਨਾ, ਜਿੰਨੀ ਦੇਰ ਤੱਕ ਐਂ ਪ੍ਰੋਪਰ ਲੈਂਡ ਨਹੀਂ ਨਾ ਹੋ ਜਾਂਦਾ, ਉੱਨੀ ਦੇਰ ਤੱਕ ਹਵਾ 'ਚ ਹੁੰਦਾ ਸਾਰਾ ਕੁਛ। ਮੀਨ ਮਾੜਾ ਜਿਹਾ ਸੱਜੇ ਖੱਬੇ ਹੋਇਆ ਤਾਂ ਬੰਦਾ ਕਹਿੰਦਾ ਪਤਾ ਨਹੀਂ ਕੀ ਬਣੇਗਾ। ਸੋ ਇਹ ਪਾਣੀ ਦੇ 'ਚ ਬੇੜਾ ਮਾੜਾ ਜਿਹਾ ਲਹਿਰ ਸੱਜੇ ਖੱਬੇ ਆਈ ਉਹਨੇ ਐਵਰ ਨੂੰ, ਸੋ ਇਸ ਰੂਪ ਦੇ ਵਿੱਚ ਜੀ ਹਾਂ ਇੱਕ ਥੋਟ ਆਇਆ, ਉਸੇ ਥੋਟ ਨੇ ਪਤਾ ਨਹੀਂ ਕਿੱਥੋਂ ਲੈ ਕੇ ਕਿੱਥੇ ਚਲੇ ਜਾਣਾ ਬੰਦੇ ਨੂੰ। ਅਸੀਂ ਕਾਊਂਸਲਿੰਗ ਦੇ ਵਿੱਚ ਜਿਹੜਾ ਖਾਸ ਕਰਕੇ ਇੱਕ ਸੁਸਾਈਡ ਦਾ ਕਾਨਸੈਪਟ, ਮਤਲਬ ਇੱਕ ਉਹ ਇੱਕ ਬਿਹੇਵੀਅਰ ਆ, ਉਹਦੇ ਨਾਲ ਲੋਕ ਕਈ ਵਾਰੀ ਦੋ ਚਾਰ ਹੁੰਦੇ ਨੇ, ਦੇਖਿਆ ਅਸੀਂ ਇੱਕ ਥੋਟ ਬੰਦੇ ਨੂੰ ਇੱਕ ਜਗ੍ਹਾ ਤੋਂ ਚੱਕ ਕੇ ਕਿੱਥੇ ਲੈ ਜਾਂਦਾ ਇੱਕ ਥੋਟ। ਮੈਂ ਛੋਟੀ ਜਿਹੀ ਇਗਜ਼ਾਮਪਲ ਹੋਰ ਦੇ ਦਿੰਦਾ, ਕਿਉਂਕਿ ਕਿਆ ਮਨਮੰਤ, ਸਾਨੂੰ ਆਪਣੇ ਮਨਮੰਤ ਦਾ ਜੇ ਆਈਡੀਆ ਨਹੀਂ ਗਾ ਤਾਂ ਅਸੀਂ ਕਹਿੰਦੇ ਹਾਂ ਮੈਨੂੰ ਪਤਾ ਲੱਗ ਗਿਆ ਰੱਬ ਕੀ ਚਾਹੁੰਦਾ। ਇੱਥੋਂ ਲੋਕ ਰੱਬ ਦੇ ਇਲਹਾਮ ਦੀਆਂ ਗੱਲਾਂ ਕਰਦੇ ਨੇ, ਹੁਣ ਮੈਨੂੰ ਪਤਾ ਲੱਗਾ ਰੱਬ ਦਾ ਹੁਕਮ ਆ ਗਿਆ ਵੀ ਆਹ ਚੀਜ਼ਾਂ। ਬਾਬਾ ਜੀ ਕਹਿੰਦੇ ਤੂੰ ਹੁਕਮ ਕਿਵੇਂ ਜਾਣਦਾ ਬਈ, ਤੈਨੂੰ ਕੋਈ ਵਿਵੇਕ ਦਿੱਤਾ, ਉਸ ਵਿਵੇਕ ਨੂੰ ਤੂੰ ਇਸਤੇਮਾਲ ਕਰਨਾ, ਬਾਕੀ ਉਹਦਾ ਹੁਕਮ ਬੜਾ ਬੇਅੰਤ ਆ, ਤੂੰ ਐਫਰਟ ਪਾਉਣੀ ਹੈ, ਤੈਨੂੰ ਜਿੰਨਾ ਕੁ ਪਰਸੀਵ ਹੁੰਦਾ ਆਪਣੇ ਪੱਧਰ 'ਤੇ ਉਹਦੇ ਤੂੰ ਯਤਨਸ਼ੀਲਤਾ ਕਰਨੀ ਹੈ, ਬਾਕੀ ਕਰਤਾਰ 'ਤੇ ਛੱਡਣਾ। ਹੁਣ ਦੇਖਿਓ ਧਿਆਨ ਦੇ ਨਾਲ, ਛੋਟੀ ਟੂਕ ਮੈਂ ਤੇਰੀ ਬੇਨਤੀ ਕਰਨ ਲੱਗਾ। ਇਸ ਤਰ੍ਹਾਂ ਜਾਣੋ ਕਿ ਜੇ ਬੰਦਾ ਕਹੇ ਕਿ ਇਲਹਾਮੀ ਤੌਰ 'ਤੇ ਉਸ ਰੂਪ ਵਿੱਚ ਮੈਨੂੰ ਕੋਈ ਥੋਟ ਆਇਆ ਜਾਂ ਇਸ ਕਿਸਮ ਦੇ ਨਾਲ ਬਾਤ ਹੋ ਗਈ ਆ, ਨਾ ਕੋਈ ਪਤਾ ਨਹੀਂ ਗਾ। ਅਸੀਂ ਨਾ ਇੱਥੇ ਪ੍ਰਿਜ਼ਨ ਸੈਟਿੰਗ 'ਚ ਕੰਮ ਕਰਦੇ ਹਾਂ, ਸਾਡਾ ਇੱਕ ਅਸੀਂ ਕੁਝ ਕਈ ਵਾਰੀ ਵਰਕਸ਼ਾਪਸ ਕਰਦੇ ਹਾਂ ਉਹਨਾਂ ਦੇ ਨਾਲ ਜਿਹੜੇ ਲਾ ਫੈਂਡਰਸ ਹੈਗੇ ਨੇ, ਜਿਹਨਾਂ ਨੂੰ ਇਨਮੇਟਸ ਕਹਿੰਦੇ ਹਾਂ, ਕੈਦੀ ਕਹਿ ਲਓ ਤੁਸੀਂ, ਅਤੇ ਉਹਦੇ ਅੰਦਰ ਡਿਫਰੈਂਟ ਡਿਫਰੈਂਟ ਵੇ ਦੇ ਨਾਲ ਉਹਨਾਂ ਦੀ ਕਈ ਵਾਰੀ ਅਸੈਸਮੈਂਟ ਕੀਤੀ ਜਾਂਦੀ ਵੀ ਕਿਸ ਤਰੀਕੇ ਨਾਲ ਇਹਨਾਂ ਦੀ ਬੈਟਰ ਹੈਲਪ ਕੀਤੀ ਜਾ ਸਕੇ। ਅਸੀਂ ਮੈਨੂੰ ਯਾਦ ਹੈ ਇੱਕ ਜਿਹੜਾ ਮਿਨੀਮਮ ਸਿਕਿਉਰਿਟੀ ਯੂਨਿਟ ਕੈਂਪ ਦੀ ਤਰ੍ਹਾਂ ਹੁੰਦਾ, ਉਹਦੇ 'ਚ ਅਸੀਂ ਉਹਨਾਂ ਨਾਲ ਐਕਟੀਵਿਟੀ ਕਰ ਰਹੇ, ਅਤੇ ਐਕਟੀਵਿਟੀ 'ਚ ਇਹ ਸੀਗਾ ਸੋਲਿਊਸ਼ਨ ਫੋਕਸਡ ਅਪਰੋਚ ਸੀ ਸਾਡੀ, ਕੋਈ ਸੋਲਿਊਸ਼ਨ ਬੇਸਡ ਗੱਲ ਕੀਤੀ ਜਾਏ। ਅਤੇ ਗੱਲ ਇਹ ਹੋਈ ਕਿ ਬੁਲਾਇਆ ਵੱਖਰੇ ਵੱਖਰਿਆਂ ਨੂੰ, ਉਹਨਾਂ ਨੂੰ ਕਿਹਾ ਵੀ ਜੇ ਸਪੋਜ਼ ਕਰੋ, ਸਪੋਜ਼ ਅਸੀਂ ਗੈਸ ਕਰਦੇ ਹਾਂ ਇਸ ਤਰੀਕੇ ਨਾਲ, ਜਾਂ ਇੱਕ ਕਹਿ ਲਓ ਕਿ ਹਿਪੋਥੈਟੀਕਲੀ ਇੱਕ ਚੀਜ਼ ਬਣਾਉਂਦੇ ਹਾਂ, ਸਕੀ ਟਾਈਮ ਮਸ਼ੀਨ ਬਣਾਉਂਦੇ ਹਾਂ, ਅਤੇ ਟਾਈਮ ਮਸ਼ੀਨ ਬਣਾ ਕੇ ਤੁਹਾਨੂੰ ਐਬਿਲਿਟੀ ਕੰਟਰੋਲ ਦਿੰਦੇ ਹਾਂ ਕਿ ਤੁਸੀਂ ਕੋਈ ਇੱਕ ਚੀਜ਼ ਭਾਵੇਂ ਫਿਊਚਰ ਭਾਵੇਂ ਜਿਹੜਾ ਪਾਸਟ ਵਿੱਚ ਜਾਂ ਪ੍ਰੈਜੈਂਟ 'ਚ ਕੋਈ ਇੱਕ ਚੀਜ਼ ਤੁਸੀਂ ਉਸ ਟਾਈਮ ਮਸ਼ੀਨ ਦੇ ਵਿੱਚ ਜਾ ਕੇ ਦੁਬਾਰਾ ਉਹਨੂੰ ਰੀਵਿਜ਼ਿਟ ਕਰ ਸਕਦੇ ਹੋ ਅਤੇ ਉਸ ਨੂੰ ਤੁਸੀਂ ਚੇਂਜ ਕਰ ਸਕਦੇ ਹੋ। ਸੋ ਤੁਸੀਂ ਕਿਹੜੀ ਇੱਕ ਚੀਜ਼ ਕਰਨੀ ਚਾਹੋਗੇ, ਸਾਰਿਆਂ ਨੂੰ ਇਹ ਸਵਾਲ ਪੁੱਛਿਆ ਜਾਂਦਾ। ਉੱਥੇ ਇੱਕ ਸ਼ਖਸ, ਉਹ ਔਫਿਸਰ ਸੀਗਾ ਯੂਨੀਫਾਰਮ ਦੇ ਵਿੱਚ, ਅਤੇ ਲਾਈਫਰ ਸੀਗਾ, ਉੱਥੇ ਲਾਈਫ ਇਨ ਪ੍ਰਿਜ਼ਨਮੈਂਟ ਉਹਨੂੰ ਮਿਲੀ ਉੱਥੇ,
ਅਤੇ ਉਹ ਹੋਇਆ ਇਹ ਕਿ ਉਸਨੇ ਜਦੋਂ ਉਹਦੇ ਨਾਲ ਗੱਲ ਹੋਈ ਅਤੇ ਉਹ ਕਹਿੰਦਾ ਆ ਆਮ ਕੋਨਾ ਯੂਜ਼ ਦੈਟ ਮਸ਼ੀਨ ਟੂ ਐਕਚੁਲੀ ਚੇਂਜ ਵਨ ਮੂਮੈਂਟ। ਵਨ ਮੂਮੈਂਟ ਕਿਹੜੀ ਹੈ? ਵਨ ਮੂਮੈਂਟ ਇਹ ਹੈ ਕਿ ਡਿਊਟੀ ਤੋਂ ਲੇਟ ਆਇਆ, ਕਿਤੇ ਜਾਣਾ ਸੀਗਾ, ਵਾਈਫ ਨਾਲ ਝਗੜਾ ਚੱਲ ਗਿਆ, ਅਤੇ ਉਹ ਝਗੜੇ ਦੇ ਵਿੱਚ ਵਾਈਫ ਨੇ ਕੁਝ ਕਿਹਾ ਅਤੇ ਸਟ੍ਰੈਸ ਬਹੁਤ ਹਾਈ ਸੀਗਾ, ਅਤੇ ਉਸਨੂੰ ਕਿਹਾ ਵੀ ਜੇ ਤੂੰ ਇਸ ਤੋਂ ਬਾਅਦ ਇੱਕ ਵਰਡ ਵੀ ਕਿਹਾ ਨਾ ਤਾਂ ਆਮ ਗੁਨਾ ਸ਼ੂਟ ਯੂ। ਉਹ ਕਹਿੰਦੀ ਚੱਲ ਬਣ ਗਈ ਗੱਲ, ਉਹਨੇ ਉਹਦੀ ਗੰਨ ਕੱਢੀ, ਉਹਦੇ ਹੱਥ 'ਚ ਫੜਾਈ ਅਤੇ ਮੱਥੇ 'ਤੇ ਰੱਖੀ ਅਤੇ ਕਹਿੰਦੀ ਵੀ ਚੱਲ, ਜਿਵੇਂ ਆਮ ਕਰਕੇ ਕਿਹਾ ਜਾਂਦਾ ਵੀ ਹਾਓ ਡੇਅਰ ਸ਼ੋ ਮੀ ਯੂ ਹੈਵ ਦੈਟ ਕਰੇਜ। ਉਸ ਇੱਕ ਮੂਮੈਂਟ, ਨੈਨੋ ਸੈਕਿੰਡ ਸਮਾਂ ਉਹਨੇ ਟ੍ਰਿਗਰ ਦਾ ਪਤਾ ਕਹਿੰਦਾ ਮੈਨੂੰ ਮਿਲ ਜੇ ਬਾਕੀ ਸਾਰਾ ਕੁਝ ਠੀਕ ਹੈ, ਸਿਰਫ ਇੱਕ ਉਹ ਸੈਕਿੰਡ ਕਿਤੇ ਮੈਂ ਉਹਨੂੰ ਡਿਲੀਟ ਕਰ ਦਿਆਂ, ਜਸਟ ਵਨ ਸੈਕਿੰਡ। ਇਹ ਕੀ ਹੈ? ਇੱਕ ਥੋਟ ਹੈ, ਇੱਕ ਥੋਟ। ਤੁਸੀਂ ਦੇਖੋ, ਬੰਦਾ ਕਹਿੰਦਾ ਜੀ ਇੱਕ ਛੋਟੀ ਜਿਹੀ ਰਾਏ ਕੀ ਕਰੇਗੀ ਜੀ? ਜੀ ਸਭ ਕੁਛ ਹੀ ਕਰ ਦੇਗੀ ਉਹ। ਇੱਕ ਥੋਟ, ਇੱਕ ਰਾਏ ਛੋਟੀ ਜੀ ਜੀਵਨ ਦੇ ਕਿਸੇ ਪਰਿਪੇਖ ਨੂੰ ਬਣਾ ਦਿੰਦੀ, ਕਿਸੇ ਨੂੰ ਬਰਬਾਦ ਕਰ ਦਿੰਦੀ। ਮਨ ਮੰਥ ਇਹ ਰਾਏ ਕਿੱਥੋਂ ਆਈ ਹੈ? ਤੁਹਾਡੇ ਅੰਦਰ ਹੀ ਪਈ ਹੈ, ਤੁਹਾਨੂੰ ਕੋਈ ਆਈਡੀਆ ਨਹੀਂ ਉਹ ਰਾਏ ਕਿਸ ਰੂਪ ਵਿੱਚ ਵਰਤ ਜਾਣੀ ਹੈ। ਸੋ ਇਸ ਢੰਗ ਨਾਲ ਸਮਝੋ। ਬਾਕੀ ਕਰਤਾਰ, ਹਾਂ ਉਹ ਸਾਡੇ ਸਾਰਿਆਂ ਦੇ ਮਨ ਮੰਦਰ ਦੇ ਵਿੱਚ ਹੀ ਵਰਤ ਰਿਹਾ, ਸਭ ਦੇ ਵਿੱਚ। ਇੱਥੇ ਸਾਹਿਬ ਮਹਾਰਾਜ ਕਹਿੰਦੇ ਅੰਤ ਨਾ ਜਾਪੈ ਕਿਆ ਮਨ ਮੰਥ। ਵਟ ਆਰ ਦਾ ਇੰਟੈਂਸ਼ਨਸ ਇਨ ਆਲ ਮਾਈਟ ਇਜ਼ ਮਾਇੰਡ, ਵੀ ਕੈਨ ਨੋਟ ਅੰਡਰਸਟੈਂਡ ਦਾ ਐਂਡ ਔਰ ਲਿਮਿਟ ਆਫ ਦੋਜ਼ ਇੰਟੈਂਸ਼ਨਸ। ਸਾਨੂੰ ਕੋਈ ਆਈਡੀਆ ਨਹੀਂ ਗਾ। ਬਾਕੀ ਜੇ ਉਹ ਸਭ ਕੁਝ ਦੇਣ ਵਾਲਾ, ਦਾਤਾਂ ਦੇਣ ਵਾਲਾ, ਜੀਵਨ ਦੇਣ ਵਾਲਾ, ਸਵਾਸ ਦੇਣ ਵਾਲਾ, ਪਰ ਜਿਹੜੀਆਂ ਮਨ ਦੀਆਂ ਰਾਹਾਂ ਨੇ ਵੀ ਉਹਦੇ 'ਚ ਰਿਫਲੈਕਟ ਹੁੰਦੀਆਂ ਨੇ। ਜਦੋਂ ਹੈ ਹੀ ਉਹਦਾ ਸਭ ਕੁਝ, ਅਸੀਂ ਸ਼ਬਦ ਪੜ੍ਹਦੇ ਅਰਦਾਸ ਦੇ 'ਚ ਰੋਜ਼, ਇਹ ਇਸ ਲਈ ਅਰਦਾਸ ਦਾ ਭਾਵ ਹੀ ਹੈ। ਅਸੀਂ ਪੜ੍ਹਦੇ ਹਾਂ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ, ਸਭ 'ਤੇ ਤੇਰੀ 'ਤੇ ਰਾਸ ਆ, ਮੈਂ ਤਾਂ ਜਸਟ ਇਹਨੂੰ ਮਾਣ ਰਿਹਾ, ਤੇਰੀ ਪੂੰਜੀ ਹੈ। ਇਹਦਾ ਉਸ ਰੂਪ ਵਿੱਚ ਬਾਤ ਆਈ। ਹੁਣ ਜਿਹੜੀ ਚੀਜ਼ ਹੈ, ਆਪ ਸੁਖਮਨੀ ਸਾਹਿਬ ਬੜੀ ਬੁਰੀਆਂ ਬਚਨ ਪੜ੍ਹਦੇ ਉਸ ਤੋਂ, ਹਾਲਾਂਕਿ ਬਹੁਤ ਸਾਰੇ ਬੱਚਿਆਂ ਨੂੰ ਟੂਕ ਮਾਤਰੀ, ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣਾ ਹੋਰ। ਭਾਈ ਹਰਨ ਭਰਨ ਮਾੜਾ ਜਿਹਾ ਇੱਕ ਬਸ ਬਦਲ ਬਣਾਉਣਾ, ਢਾਉਣਾ, ਇੱਕ ਛੋਟੀ ਜਿਹੀ ਖੇਡ ਹੀ ਹੈ। ਅੱਜ ਇਸ ਦੁਨੀਆਂ 'ਚ ਵਿਚਰ ਰਹੇ ਹਾਂ, ਲੋਕ ਮਤਲਬ ਡਰ ਦੀ ਪੋਲੀਟਿਕਸ ਹੁੰਦੀ ਹੈ ਸਾਰੀ, ਅਤੇ ਉਹ ਡਰ ਦੇ ਵਿੱਚ ਜੀ ਰਹੇ ਹਾਂ। ਉਹ ਕਹਿੰਦਾ ਮੈਂ ਨਿਊਕਲੀਅਰ ਦਾ ਬਟਨ ਦੱਬ ਦੇਣਾ, ਉਹ ਕਹਿੰਦਾ ਮੈਂ ਦੱਬ ਦੇਣਾ, ਅਤੇ ਵਾਕਿਆ 'ਚ ਹੀ ਹਰਨ ਫਰਨ ਜਾਂ ਖਾ ਨੇਤਰ ਫੋਰ। ਅਸੀਂ ਤਾਂ ਪੜ੍ਹ ਰਹੇ ਹਾਂ ਬਾਪੂ ਦੀ ਗੱਲ, ਬਿਲਕੁਲ ਸੱਚੀ ਸਾਹਮਣੀ ਦਾ ਵਾਪਰ ਰਹੀ, ਦਿਸਣ ਵਾਲੀ ਹੈ ਵੀ ਕਿਸੇ ਕਮਲੇ ਨੇ ਇੱਕ ਬਟਨ ਦੱਬਿਆ, ਸਾਥ ਜੀਏਂਗੇ ਸਾਥ ਮਰੇਂਗੇ। ਚਲੋ ਸਾਰੇ ਦਾ ਸਾਰਾ ਜਿਹੜਾ ਛੋਟੀ ਜਿਹੀ ਫੁੱਟਬਾਲ ਵਰਗੀ ਇੱਕ ਬਾਲ ਜਿਹੜੀ ਤੁਰੀ ਫਿਰਦੀ ਸਾਰੇ ਵੱਡੇ ਇਸ ਗਲੈਕਸੀਆਂ ਦੇ ਵਿੱਚ, ਗਲੈਕਸੀਜ਼ ਮੰਡਲ ਦੇ ਅੰਦਰ ਉੱਥੇ ਡਨ। ਇਹ ਮਤਲਬ ਇਹ ਪੋਸੀਬਿਲਿਟੀ ਹੈ। ਹਾਂ ਇਹ ਵੀ ਪੋਸੀਬਿਲਿਟੀ ਹੈ ਕਿ ਇਸ ਗਲੋਬ ਦੇ ਉੱਤੇ ਰਹਿੰਦਾ ਹੋਇਆ ਹਰ ਬਸ਼ਰ, ਹਰ ਬੰਦਾ ਇੱਕ ਇਹੋ ਜਿਹਾ ਜੀਵਨ ਯਾਪਨ ਜੀਏ ਕਿ ਇਸੇ ਨੂੰ ਇੱਕ ਐਸੀ ਚੀਜ਼ ਬਣਾ ਦੇ ਕਿ ਇਸ ਨੂੰ ਇਸ ਤੋਂ ਬਾਹਰ ਵੇਖਣ ਦੀ ਵੀ ਲੋੜ ਨਾ ਪਏ। ਮਤਲਬ ਇਸ ਤਰ੍ਹਾਂ ਜਾਣੋ, ਜਿਹੜਾ ਅਸੀਂ ਮੋਸਟਲੀ ਆਪਣੇ ਘਰਾਂ ਤੋਂ ਬਾਹਰ ਭੱਜਦੇ ਹਾਂ ਨਾ, ਉਹ ਇਸ ਕਰਕੇ ਵੀ ਭੱਜਦੇ ਹਾਂ ਅਸੀਂ ਕਿ ਸਾਨੂੰ ਸੁੱਖ ਚਾਹੀਦਾ, ਸ਼ਾਂਤੀ ਚਾਹੀਦੀ ਹੈ। ਜਿਵੇਂ ਜਿੰਨਾ ਮੋਬਾਲਿਕ ਦੇ ਵਿੱਚ ਜਿਹੜਾ ਖਾਸ ਕਰਕੇ ਰੈਸਟੋਰੈਂਟ ਕਲਚਰ ਆ, ਸਿਨੇਮਾ ਕਲਚਰ ਆ, ਇਹ ਬੜਾ ਜ਼ਿਆਦਾ ਪ੍ਰਭਾਵ, ਬੜਾ ਜ਼ਿਆਦਾ ਇਹ ਪ੍ਰਫੁੱਲਤ ਹੁੰਦਾ ਅਤੇ ਬੜੀ ਇਹਦੀ ਚਰਚਾ ਹੁੰਦੀ। ਉਹਦੇ 'ਚ ਕਈ ਵਾਰੀ ਵੇਖਣ 'ਚ ਆਇਆ ਕਿ ਉਹਨਾਂ ਦੇ ਡੋਮੈਸਟਿਕ ਇਨਵਾਇਰਮੈਂਟ ਦੇ ਵਿੱਚ ਬਹੁਤ ਜ਼ਿਆਦਾ ਕੋਈ ਖੁਸ਼ੀਆਂ ਚਾਵਾਂ ਵਾਲੀ ਬਾਤ ਨਹੀਂ ਹੈ, ਕਿਉਂਕਿ ਬੰਦਾ ਬਾਹਰੋਂ ਲੱਭ ਰਿਹਾ ਸਭ ਕੁਛ। ਜਦੋਂ ਉੱਥੇ ਭਰਪੂਰ ਜਾਏ ਫਿਰ ਬਾਹਰ ਭੱਜਣ ਦੀ ਲੋੜ ਨਹੀਂ ਪੈਂਦੀ। ਪਰ ਇਹ ਬਾਬਾ ਜੀ ਕਹਿੰਦੇ
ਅੰਤ ਨਾ ਜਾਪੈ ਕਿਆ ਮਨ ਮੰਤ, ਉਹਦੇ ਮਨ ਮੰਤ ਵਿੱਚ ਕੀ ਹੈ ਕੋਈ ਅਹਿਸਾਸ ਨਹੀਂ ਗਾ, ਅਸੀਂ ਕਿਸੇ ਰੂਪ ਵਿੱਚ ਉਹਦਾ ਥੋਟ ਟਿਕਾਣਾ ਨਹੀਂ ਪਾ ਸਕਦੇ। ਮੇਨ ਉਸ ਬੇਅੰਤ ਦਾ ਬਸ ਇਹੀ ਹੈ ਵੀ ਮਾਲਕ ਤੂੰ ਤਾਂ ਬੇਅੰਤ ਹੈ, ਤੂੰ ਕੀ ਤੋਂ ਕੀ ਨਹੀਂ ਕਰ ਸਕਦਾ, ਹਰਨ ਭਰਨ ਤੱਕ ਇਹ ਸਭ ਤੇਰੇ ਇੱਕ ਥੋਟ, ਇੱਕ ਛੋਟੇ ਜਿਹੇ ਮੂਵਮੈਂਟ ਦੇ ਵਿੱਚ ਉਸ ਰੂਪ ਵਿੱਚ ਮੌਜੂਦਗੀ ਹੈ, ਇਸ ਕਿਸਮ ਦਾ ਥੋਟ ਇਹਦੇ ਵਿੱਚ ਆ ਰਿਹਾ ਹੈ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਕੀਤਾ ਆਕਾਰ ਅਸੀਂ ਸ਼ੁਰੂ 'ਚ ਹੀ ਪੜ੍ਹ ਕੇ ਆਏ ਸੀਗੇ ਕਿ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਵੀ ਕਿਸ ਰੂਪ ਦੇ ਵਿੱਚ ਉਹਦੇ ਹੁਕਮ ਦੀ ਮਹਿਮਾ ਪ੍ਰਫੁੱਲਤ ਹੋ ਰਹੀ ਹੈ ਚਾਰ ਚੁਪੇਰੇ। ਅਤੇ ਇੱਥੇ ਫਿਰ ਬਚਨ ਆਇਆ ਅੰਤ ਨਾ ਜਾਪੈ ਕੀਤਾ ਆਕਾਰ, ਕੋਈ ਅੰਤ ਨਹੀਂ ਜਾਪਦਾ ਉਹਦੇ ਕੀਤੇ ਹੋਏ ਆਕਾਰ ਦਾ, ਉਹਦੇ ਕੀਤੇ ਹੋਏ ਬਣਾਏ ਇਹ ਸਾਰੇ ਆਲਮ ਪਸਾਰੇ ਸਭ ਚੀਜ਼ਾਂ ਦਾ ਉਸ ਰੂਪ ਦੇ ਅੰਦਰ। ਅੱਜ ਅਸੀਂ ਜਿਸ ਮੈਡੀਸਨ ਵਰਲਡ ਦੇ ਵਿੱਚ ਜੀ ਰਹੇ ਹਾਂ, ਅਤੇ ਬੰਦਾ ਕਈ ਵਾਰੀ ਸੋਚਦਾ ਆ ਸਪੋਜ਼ ਪਿੱਛੇ ਵੇਲਸ ਨੂੰ ਬਚਾਉਣ ਵਾਸਤੇ ਅਤੇ ਗੋਰਿਆਂ ਨੇ ਕੁਝ ਗਰੁੱਪਸ ਬਣਾਏ ਸੀਗੇ, ਅਤੇ ਮੇਰੇ ਬਹੁਤ ਪਿਆਰੇ ਸੱਜਣ ਨੇ ਸਾਈਕੈਟ੍ਰਿਸਟ ਨੇ, ਅਤੇ ਉਹ ਇੱਕ ਦਿਨ ਗੱਲ ਕਰ ਰਹੇ ਸੀਗੇ ਅਤੇ ਕਹਿੰਦੇ ਉਹ ਮੇਰੇ ਕੋਲ ਗੋਰਿਆਂ ਦਾ ਗਰੁੱਪ ਆਇਆ ਅਤੇ ਉਹ ਮੈਨੂੰ ਕੋਲ ਡੋਨੇਸ਼ਨ ਮੰਗ ਰਿਹਾ ਸੀਗਾ ਇਸ ਰੂਪ ਦੇ ਵਿੱਚ, ਅਤੇ ਉਹ ਮੈਂ ਕਿਹਾ ਮੈਂ ਅਸੀਂ ਵੇਲਸ ਬਚਾਉਂਦੇ ਹਾਂ ਸਭ ਕੁਝ ਬਚਾਉਂਦੇ ਹਾਂ, ਕੁਝ ਸਾਲ ਪਹਿਲਾਂ ਦੀ ਗੱਲ ਆ, ਅਤੇ ਕਹਿੰਦੇ ਮੈਂ ਉਹਨਾਂ ਨੂੰ ਇੰਡਰੈਕਟਲੀ ਕਿਹਾ ਉਹ ਆਪਣੀ ਨਸਲ ਬਚਾ ਲਓ ਪਹਿਲਾਂ, ਇਸ ਤਰੀਕੇ ਦੇ ਨਾਲ ਮਤਲਬ ਕਹਿ ਰਹੇ। ਅਤੇ ਮੈਂ ਡਾਕਟਰ ਸਾਹਿਬ ਵੀ ਈਵਨ ਦੋ ਯੂ ਆਰ ਐਕਚੁਲੀ ਟੈਲਿੰਗ ਮੀ ਆਲ ਦੈਟ ਦੈਟਸ ਯੂ ਆਰ ਸ਼ੇਅਰਿੰਗ ਇਟ, ਆਈ ਰੀਲੀ ਕੈਨ ਕਾਇੰਡ ਆਫ ਯੂ ਕੈਨ ਸੇ ਐਪਰੀਸ਼ੀਏਟ ਇਟ, ਬਟ ਐਟ ਦਾ ਸੇਮ ਟਾਈਮ ਤੁਸੀਂ ਸੋਚਦੇ ਥੋਟ ਠੀਕ ਸੀਗਾ, ਕਹਿੰਦੇ ਲੈ ਕਹਿਣ 'ਚ ਕੀ ਅਰਜਿਆ, ਉਸੇ ਮਤਲਬ ਆਪਣੀਆਂ ਨਸਲਾਂ ਬਚਾਓ, ਮੈਂ ਉਹਦੇ ਉੱਤੇ ਬਾਤ ਕੀਤੀ। ਖੈਰ ਸਮਾਂ ਪਿਆ ਅਤੇ ਉਹਨਾਂ ਨੇ ਕਿਤੇ ਗੱਲ ਨੋਟ ਕਰਕੇ ਰੱਖੀ, ਜਦੋਂ ਆ ਪਿੱਛੇ ਕੋਵਿਡ ਫੈਲਿਆ ਅਤੇ ਕੋਵਿਡ ਦੇ ਦੌਰਾਨ ਜਿਹੜੀਆਂ ਡੋਲਫਿਨਸ ਅਤੇ ਵੇਲਸ ਨੇ ਇਹਨਾਂ ਉੱਤੇ ਵੱਡਾ ਦਵਾਈਆਂ ਦਾ ਐਕਸਪੈਰੀਮੈਂਟ ਹੋਇਆ, ਜਿਹੜਾ ਵਾਇਰਸ ਜਿਹੜਾ ਸੀ COVID-19 ਦਾ, ਇਹਦੇ ਉੱਤੇ ਵੱਡੇ ਪੱਧਰ 'ਤੇ ਇਹਨਾਂ ਤੋਂ ਮਤਲਬ ਹੈਲਪ ਲਈ ਗਈ ਸਾਰੇ ਦੀ ਸਾਰੀ, ਮਤਲਬ ਉਹ ਸਾਰੀ ਜਿਹੜੀ ਕਾਇਨਾਤ ਐਵੇਂ ਥੋੜ੍ਹਾ ਬਣ ਗਈ ਸਾਰੀ ਸਾਰੀ, ਕੁਝ ਨਾ ਕੁਝ ਸਾਨੂੰ ਨਹੀਂ ਪਤਾ, ਅਸੀਂ ਅਜੇ ਡਿਸਕਵਰ ਕਰ ਰਹੇ ਹਾਂ। ਪਹਿਲਾਂ ਕਹਿੰਦੇ ਹੁੰਦੇ ਸੀ ਨਵੀਆਂ ਇਨਵੈਨਸ਼ਨਸ ਹੋ ਰਹੀਆਂ ਨੇ, ਹੌਲੀ ਹੌਲੀ ਕਿਸੇ ਨੇ ਕਿਹਾ ਵੀ ਆਪਣੀ ਲੈਂਗੁਏਜ ਠੀਕ ਕਰੋ, ਇਨਵੈਨਸ਼ਨ ਤੁਸੀਂ ਕੋਈ ਬਾਹਰੋਂ ਚੱਕ ਕੇ ਲਿਆ ਰਹੇ ਹੋ ਚੀਜ਼ਾਂ, ਅਮੂੜ ਤੁਸੀਂ ਸੀ, ਪਤਾ ਤੁਹਾਨੂੰ ਨਹੀਂ ਸੀਗਾ, ਹੁਣ ਇਹ ਕਹੋ ਵੀ ਹਾਂ ਚੀਜ਼ ਲੁਕੀ ਸੀ, ਪੜਦੇ ਸੀ, ਪੜਦਾ ਵੀ ਮੇਰੀ ਅਗਿਆਨਤਾ ਦਾ ਹੀ, ਉਹ ਜਿਵੇਂ ਥੋੜ੍ਹਾ ਜਿਹਾ ਖੋਲ ਕਪਾਟ ਖੁੱਲਿਆ ਨਾ, ਅਤੇ ਉਦੋਂ ਲੱਭਾ ਵੀ ਇੱਥੇ ਹੀ ਪਿਆ ਆ ਸਾਰਾ ਕੁਝ। ਐਵੀਏਸ਼ਨ ਦਾ ਲਾਅ ਆ, ਐਵੀਏਸ਼ਨ ਦੇ ਲਾਅ ਦੇ ਵਿੱਚ ਆ ਇੱਕ ਚੀਜ਼ ਇੱਕ ਸਰਟਨ ਸਪੀਡ 'ਤੇ ਆਵੇ, ਹਵਾ ਨੂੰ ਇਸ ਰੂਪ ਵਿੱਚ ਆਪਣੇ ਵਿੱਚ ਸੱਕ ਕਰੇ, ਉਸਨੂੰ ਜਿਹੜਾ ਹੈਗਾ ਇਸ ਰੂਪ ਵਿੱਚ ਸੱਟੇ, ਹਵਾ ਉਸਨੂੰ ਤਸ਼ਤਰੀ ਦੀ ਤਰ੍ਹਾਂ ਆਪਣੇ ਵਿੱਚ ਚੱਕ ਲੈਂਦੀ ਹੈ, ਦੈਟ ਇਜ਼ ਦਾ ਐਵੀਏਸ਼ਨ ਸਾਰੇ ਦਾ ਰੂਲ ਆ, ਜਿਹਦੇ 'ਚ ਐਰੋ ਜਿਹੜਾ ਐਰੋਪਲੇਨ ਆ ਗਿਆ ਸਾਰਾ ਸਭ ਇਹ ਸਦੀਆਂ ਤੋਂ ਐਗਜ਼ਿਸਟ ਕਰਦਾ ਸੀਗਾ, ਪਤਾ ਨਹੀਂ ਸੀਗਾ, ਜਿਵੇਂ ਹੀ ਵਾਈਟ ਬ੍ਰਦਰਸ ਨੇ ਇਹਨੂੰ ਥੋੜ੍ਹਾ ਜਿਹਾ ਉਸ ਰੂਪ ਦੇ ਵਿੱਚ ਅਵੇਲ ਕੀਤਾ ਤਾਂ ਬਾਤ ਉਸੇ ਰੂਪ ਵਿੱਚ ਬਣਦੀ ਲੱਗੇਗੀ। ਇਨ ਬਿਨ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਬਹੁਤ ਸਰਲ ਕੀਤਾ ਜਾਏ, ਅੱਜ ਕੱਲ੍ਹ ਜਿਵੇਂ ਜਿਹੜੀਆਂ ਇਹਨਾਂ ਦੇ ਕੋਲ ਬੜੀ ਕਮਾਲ ਦੀ ਇੱਕ ਤੋਂ ਇੱਕ ਵੱਧ ਟੈਕਨੋਲੋਜੀ ਆ ਰਹੀ ਹੈ, ਹਾਲਾਂਕਿ ਮਾਰੂ ਹੈ ਉਹ, ਜਿਹੜੀਆਂ ਜੰਗਾਂ ਲੱਗਦੀਆਂ ਨਾ ਬਹੁਤੀਆਂ, ਇਹ ਜੰਗਾਂ ਅਸੀਂ ਬੀਤੇ ਦੋ ਰੋਜ਼ ਪਹਿਲਾਂ ਕੋਈ ਡਿਸਕਸ਼ਨ ਕਰ ਰਹੇ ਸੀ ਵੀਰ ਜੀ ਅਤੇ ਮੈਂ ਕਿਸੇ ਲਿਟਰੇਚਰ ਦੇ ਪੀਸ ਦੇ ਉੱਤੇ, ਅਤੇ ਗੱਲ ਹੋ ਰਹੀ ਸੀਗੀ ਕਿ ਇਹ ਜੰਗਾਂ ਲਾਉਣੀਆਂ ਬੜੀਆਂ ਜ਼ਰੂਰੀ ਨੇ, ਜ਼ਰੂਰੀ ਇਸ ਕਰਕੇ ਨੇ ਜਿਹੜਾ ਮਾਰੂ ਹਥਿਆਰ ਇਹਨਾਂ ਬਣਾਏ ਚੱਕਦੇ ਕਰੀਏ ਨਾ, ਮਤਲਬ ਹੁਣ ਕਿੱਥੇ ਚੱਕ ਕਰੋਗੇ, ਜਿਹੜਾ ਵਾਰ ਵੈਪਨ ਆ ਉਹ ਹੋਰ ਤਾਂ ਚੱਕ ਕਿਤੇ ਹੋ ਹੀ ਨਹੀਂ ਸਕਦਾ, ਵੀ 2-4 ਸਾਲ ਜੰਗ ਚੱਲੇਗੀ ਤਾਂ ਪਤਾ ਲੱਗ ਜਾਏਗਾ ਕਿਹੜਾ ਵਧੀਆ ਚੱਲਦਾ ਕਿਹੜਾ ਨਹੀਂ, ਫਿਰ ਉਹਦੇ ਅਕੋਰਡਿੰਗਲੀ ਉਹਨੂੰ ਸੈੱਲ ਕਰਾਂਗੇ, ਬਾਹਰ ਦੱਸਾਂਗੇ ਆਹ ਦੇਖਿਆ ਨਾ ਆਹ ਵੈਪਨ ਬੜਾ ਬੈਸਟ ਆ, ਇਸ ਤਰੀਕੇ ਦੀ ਇੱਕ ਨਵੀਂ ਕਿਸਮ ਦੀ ਮਾਰਕੀਟ ਬੰਦਾ ਬਣਾ ਰਿਹਾ। ਹੁਣ ਉਹਨਾਂ ਦੇ ਵਿੱਚ ਜਿਹੜੇ ਉਹ ਅੱਜ ਕੱਲ੍ਹ ਵੈਪਨ ਜਿਹੜੇ ਹਨੇਰੇ ਦੇ ਵਿੱਚ ਸਾਰੇ ਮਾਰ ਕਰਦੇ ਸਾਰੇ, ਉਹਦੇ ਅੰਦਰ ਜਿਹੜੇ ਬਾਇਓ ਇੰਜੀਨੀਅਰ ਨੇ, ਜਿਹੜੇ ਬਾਇਓ ਉਸ ਨੌਲੇਜ ਨੂੰ ਰੱਖਦੇ ਨੇ, ਉਹ ਬੜੇ ਕੰਮ ਆ ਰਹੇ ਨੇ। ਸਪੋਜ਼ ਤੁਸੀਂ ਕਹੋ ਕਿਵੇਂ, ਮੱਛਰ ਆ
ਤੁਸੀਂ ਨਾ ਸਪੈਰ ਤੋਂ ਲੈ ਕੇ ਐਨ ਬਿਲਕੁਲ ਸਿਰ ਤੱਕ ਪੂਰਾ ਕਵਰ ਕਰ ਲਓ ਆਪਣੇ ਆਪ ਨੂੰ, ਠੀਕ। ਅਤੇ ਤੁਹਾਡਾ ਆ ਕੰਨ ਦਾ ਇੰਨਾ ਕੁ ਹਿੱਸਾ ਨੰਗਾ ਰਹਿ ਜੇ ਜਾਂ ਕਿਤੇ ਤੁਹਾਡੀ ਕੋਈ ਇੰਨੀ ਗਰਦਨ ਨੰਗੀ ਰਹਿ ਜੇ ਅਤੇ ਆਲੇ ਦੁਆਲੇ ਮੱਛਰ ਹੋਏ, ਤੁਸੀਂ ਲੈਸ ਦੈਨ ਫਿਊ ਸੈਕਿੰਡ ਦੇ ਵਿੱਚ ਦੇਖੋਗੇ ਉੱਥੇ ਮੱਛਰ ਬੈਠਾ ਹੋਏਗਾ। ਤੁਸੀਂ ਕਿਹਾ ਵੀ ਕਮਾਲ ਹੀ ਹੈ, ਵੀ ਮੈਨੂੰ ਖੁਦ ਨੂੰ ਨਹੀਂ ਪਤਾ ਵੀ ਮੇਰਾ ਕੰਨ ਨੰਗਾ ਰਹਿ ਗਿਆ ਅਤੇ ਇਹਨੂੰ ਪਤਾ ਲੱਗ ਗਿਆ, ਦੇਖ ਲੈ ਇਹ ਉੱਥੇ ਹੀ ਆ ਕੇ ਬੈਠਾ ਆ। ਕਾਰਨ ਕੀ ਹੋਇਆ, ਜਿਹੜੇ ਬਾਇਓ ਐਕਸਪਰਟ ਸੀਗੇ ਉਹਨਾਂ ਨੇ ਮੱਛਰ ਦੀ ਅੱਖ ਨੂੰ ਸਟੱਡੀ ਕੀਤਾ। ਮੱਛਰ ਦੀ ਅੱਖ ਪਤਾ ਕਿਵੇਂ ਕੰਮ ਕਰਦੀ ਹੈ, ਜਿਹੜੀ ਸਾਡੀ ਹਿਊਮਨ ਸਕਿਨ ਆ ਮੱਛਰ ਦੀ ਅੱਖ ਦੇ 'ਚ ਗਲੋ ਕਰਦੀ ਹੈ, ਚਮਕਦੀ ਹੈ। ਉਹ ਜਿਵੇਂ ਹੀ ਸਾਡੇ ਸਰੀਰ ਵੱਲ ਵੇਖਦਾ ਨਾ ਐਵੇਂ, ਉਹਨੂੰ ਰਾਈਟ ਵੇ ਸਾਰੇ ਸਰੀਰ ਵਿੱਚੋਂ ਜਿਹੜੀ ਚਮਕਣ ਵਾਲੀ ਚੀਜ਼ ਉਹ ਦਿਸਦੀ ਉਹ ਚਮਕ ਰਿਹਾ, ਉਹ ਸਿੱਧਾ ਹੀ ਉੱਥੇ ਜਾਂਦਾ, ਕੁਦਰਤ ਨੇ ਬਣਾਇਆ ਹੀ ਐਵੇਂ। ਇਹਦੇ ਵਿੱਚੋਂ ਜਿਹੜੇ ਨਿਊ ਜੈਨ ਦੇ ਉਹ ਵੈਪਨ ਕ੍ਰੀਏਟ ਕਰ ਰਹੇ ਨਾ ਹੁਣ, ਜਿਹੜੇ ਖਾਸ ਕਰਕੇ ਡਰੋਨਸ ਵਾਲੀਆਂ ਮਿਜ਼ਾਈਲ ਸਾਰੀਆਂ ਉਹ ਇੱਥੋਂ ਬਣਾ ਰਹੇ ਨੇ। ਮਤਲਬ ਕੋਈ ਪਤਾ ਨਹੀਂ ਕਿਸ ਆਕਾਰ 'ਚ ਕਿਹੋ ਜਿਹੀ ਖੂਬੀ ਕਿਸ ਰੂਪ ਵਿੱਚ ਚੀਜ਼ ਪਈ ਹੈ। ਬੰਦਾ ਜਿਵੇਂ ਜਿਵੇਂ ਡਿਸਕਵਰ ਕਰਦਾ ਬੰਦਾ ਅਮੇਜ਼ਡ ਹੋ ਜਾਂਦਾ, ਕਮਾਲ ਹੋ ਗਈ, ਆਹ ਵੀ ਚੀਜ਼ ਹੋ ਸਕਦੀ, ਆਹ ਵੀ ਇਹ ਕੁਦਰਤ ਦੇ ਕਈ ਮੰਜ਼ਰ ਨੇ। ਇੱਥੇ ਕਿਹਾ ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਨਾ ਇੱਧਰ ਵਾਲਾ ਅਤੇ ਨਾ ਉੱਧਰ ਵਾਲਾ, ਦੋਨੇ ਬੰਨਿਆਂ ਦਾ ਕੋਈ ਪਤਾ ਨਹੀਂ ਗਾ। ਤੁਸੀਂ ਜੇ ਕਿਤੇ ਨਾ ਪੱਖੀ ਵਰਤਾਰੇ ਵਿੱਚ ਆਓ ਤਾਂ ਵੀ ਕੋਈ ਅੰਤ ਨਹੀਂ ਉਹਦਾ, ਜੇ ਅਸੀਂ ਹਾਂ ਪੱਖੀ ਵਰਤਾਰੇ 'ਚ ਆਓਗੇ ਤਾਂ ਵੀ ਕੋਈ ਉਹਦਾ ਅੰਤ ਨਹੀਂ ਗਾ। ਜੇ ਟ੍ਰਾਂਸਲੇਸ਼ਨ ਇਕੱਲੀ 'ਤੇ ਆ ਜਾਈਏ, ਆਲ ਮਾਈਟੀ ਕ੍ਰੀਏਟਿਡ ਦਾ ਸ਼ੇਪਸ ਯੂਨੀਵਰਸਲ ਯੂਨੀਵਰਸਸ, ਵਨ ਕੈਂਟ ਪਰਸੀਵ ਦਾ ਐਂਡ ਆਫ ਦੀ ਸ਼ੇਪਸ, ਵਨ ਕੈਂਟ ਓਬਜ਼ਰਵ ਐਨੀ ਆਫ ਦਾ ਬੋਥ ਐਂਡਸ। ਕੋਈ ਵੀ ਇਸ ਰੂਪ ਵਿੱਚ ਨਹੀਂ ਕਹਿ ਸਕਦਾ ਮੈਨੂੰ ਇੱਧਰਲਾ ਅਤੇ ਉੱਧਰਲਾ ਪਤਾ ਲੱਗ ਗਿਆ ਹੈ, ਕੁਛ ਵੀ ਇਸ ਸਾਰੇ ਦੇ ਵਿੱਚ ਸਾਡੇ ਵਿਸਤੇ ਉਸ ਰੂਪ ਵਿੱਚ ਨਹੀਂ ਗਾ। ਹਾਂ ਬੰਦਾ ਜਿੰਨੀ ਇਸ ਨੂੰ ਆਪਣੇ ਆਪ ਨੂੰ ਉਹਦੇ ਸਪੁਰਦ ਕਰਦਾ ਯੂਨੀਵਰਸਲ ਲਾ ਦੇ, ਉਤਨਾ ਜ਼ਿਆਦਾ ਉਹਦੇ ਲਈ ਜੀਵਨ ਬੈਟਰ ਹੋ ਜਾਂਦਾ। ਮਨ ਦੀ ਭਟਕਣਾ ਆ, ਮਨ ਦੇ ਵਿੱਚ ਚੀਜ਼ਾਂ ਵਰਤਦੀਆਂ ਬੜੇ ਰੂਪਾਂ ਦੇ ਅੰਦਰ, ਜਿਵੇਂ ਮੈਂ ਬੀਤੇ ਵਿੱਚ ਹੀ ਬੇਨਤੀ ਕਰ ਰਿਹਾ ਸੀਗਾ ਕਿ ਉਹ ਬੱਚਾ ਵਿਚਾਰਾ ਸਮੁੰਦਰ ਨੂੰ ਫੜਨਾ ਚਾਹੁੰਦਾ ਆ, ਜਾਂ ਅਸੀਂ ਹੋਰ ਇਸ ਕਿਸਮ ਦੀਆਂ ਐਗਜ਼ਾਮਪਲਸ ਦੇਖਦੇ ਹਾਂ। ਸਾਡੇ ਡਾਇਲੇਮਾ ਬੜੇ ਛੋਟੇ ਛੋਟੇ ਹੁੰਦੇ ਨੇ, ਉਹਦੇ 'ਚ ਅਸੀਂ ਸਟੱਕ ਰਹਿੰਦੇ ਹਾਂ। ਜਦੋਂ ਇਹੋ ਜਿਹੀ ਰਚਨਾ ਪੜ੍ਹਦੇ ਹੋ, ਅਹਿਸਾਸ ਦਿਓ, ਪਰਸੀਵ ਕਰਦੇ ਹੋ, ਪ੍ਰੋਸੈਸ ਕਰਦੇ ਹੋ, ਫਿਰ ਉਸ ਤੋਂ ਬਾਹਰ ਆ ਜਾਂਦੇ ਹੋ। ਨਹੀਂ ਤਾਂ ਹੁਣ ਅਸੀਂ ਗੁਰੂ ਨਾਨਕ ਸਾਹਿਬ ਦੇ ਬੱਚੇ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਹਾਂ, ਅਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਬਿਲਕੁਲ ਨੈਰੋ ਮਤਲਬ ਲੈਵਲ 'ਤੇ ਜਦੋਂ ਆ ਜਾਂਦਾ ਬੰਦਾ, ਤਾਂ ਬੰਦਾ ਕਹਿੰਦਾ ਬਾਬਾ ਨਾਨਕ ਜੀ ਬਾਕੀ ਸਾਰਾ ਕੁਛ ਤਾਂ ਠੀਕ ਸੀਗਾ ਪਰ ਸ਼੍ਰੀ ਚੰਦ ਨਹੀਂ ਆਖੇ ਲੱਗਿਆ। ਮਤਲਬ ਇੱਥੋਂ ਮਸਲਾ ਆਇਆ, ਹਾਲਾਂਕਿ ਬਾਬਾ ਜੀ ਨੇ ਸਾਡੇ ਲਈ ਸਿੱਖਿਆ ਦਿੱਤੀ ਕਿੱਡੀ ਵੱਡੀ। ਲਖਮੀ ਦਾਸ ਨੇ ਬਾਬਾ ਜੀ ਦੀ ਗੱਲ ਨਹੀਂ ਮੰਨੀ ਵੈਸੇ ਨਾ, ਇੱਥੇ ਮੰਨਣਾ ਪੈ ਗਿਆ ਇਸ ਰੂਪ ਦੇ ਵਿੱਚ ਇਸ ਤਰੀਕੇ ਨਾਲ। ਵੀ ਧਿਆਨ ਨਾਲ ਦੇਖੋ ਉਹ ਕੀ ਸਿਖਾ ਰਿਹਾ ਸਾਨੂੰ, ਕੀ ਦਰਸਾ ਰਿਹਾ। ਇੰਨ ਬਿੰਨ ਬਾਬਾ ਜੀ ਕਹਿੰਦੇ ਅੰਤ ਨਾ ਜਾਪੈ ਪਾਰਾ ਵਾਰ, ਕਿਸ ਰੂਪ ਵਿੱਚ ਤੁਸੀਂ ਉਸਨੂੰ ਓਬਜ਼ਰਵ ਕਰੋਗੇ ਉਸ ਤਰੀਕੇ ਦੇ ਨਾਲ। ਪ੍ਰਮਾਣ ਰੂਪ ਵਿੱਚ ਬਾਤ ਕਰਨੀ ਹੋਏ, ਇੱਕ ਕਵਾਓ ਪਸਾਓ ਕਰ ਓਅੰਕਾਰ ਅਨੇਕ ਆਕਾਰਾਂ। ਭਾਈ ਗੁਰਦਾਸ ਜੀ ਕਹਿੰਦੇ ਉਹਦੇ ਹੁਕਮ ਦੇ ਵਿੱਚ ਇਹ ਆਕਾਰਾਂ ਦਾ ਕੋਈ ਥਾਉ ਅੰਤ ਨਹੀਂ ਗਾ। ਅੰਤਲੀ ਲਾਈਨ ਇਸੇ ਪੌੜੀ ਦੀ, ਅੰਤ ਬੇਅੰਤ ਨਾ ਪਾਰਾ ਵਾਰਾ, ਉਸ ਬੇਅੰਤ ਦੇ ਅੰਤ ਦਾ ਜਾਂ ਉਹਦੇ ਉਰਵਾਰਲੇ ਪਾਰਲੇ ਬੰਨੇ ਦਾ ਕੋਈ ਥਾਉ ਟਿਕਾਣਾ ਕਿਸ ਰੂਪ ਵਿੱਚ ਕਹੋਗੇ। ਇੱਥੇ ਜਾ ਕੇ ਫਿਰ ਵਿਸਮਾਦਤਾ ਹੈ। ਆਪਣੇ ਕੋਲ ਰੂਟੀਨ ਦੇ ਵਿੱਚ ਦੇਖੀਏ, ਰੋਜ਼ਮਰਾ ਦੇ ਜੀਵਨ ਦੇ ਵਿੱਚ ਕੁਝ ਟਾਸਕ ਨੇ ਸਾਡੇ, ਉਹ ਅਸੀਂ ਫੋਲੋ ਕਰਨੇ ਹੁੰਦੇ ਨੇ, ਵਿਵੇਕ ਦੇ ਨਾਲ ਉਹਨਾਂ 'ਤੇ ਕਰਨਾ ਆ, ਬਾਕੀ ਜੋ ਕੁਦਰਤ ਨੂੰ ਪਾਵੇ।
ਜੇ ਤੁਸੀਂ ਹੁਣ ਤੇ ਹੇਅਰ ਐਂਡ ਨਾਓ ਵਿੱਚ ਜੀਓਗੇ, ਫੋਕਸ ਕਰਕੇ ਚੱਲੋਗੇ, ਬਾਕੀ ਸਾਰੀਆਂ ਚੀਜ਼ਾਂ ਉਹ ਕੁਦਰਤ ਆਪਣੇ ਆਪ ਉਸ ਰੂਪ ਵਿੱਚ ਵਾਜਬ ਅਤੇ ਸਹੀ ਢੰਗ ਨਾਲ ਹੁੰਦੀਆਂ ਲੱਗੀ ਦਿਸ ਸਾਨੂੰ ਦਰਸਾਉਣੀਆਂ ਸ਼ੁਰੂ ਕਰ ਦੇਗੀ। ਅਤੇ ਜੇ ਬਾਕੀ ਸਾਰੇ ਕਾਹ ਦਾ ਮੰਜਰ ਆਪਣੇ ਸਿਰ 'ਤੇ ਚੁੱਕ ਕੇ ਤੁਰਨ ਦੀ ਕੋਸ਼ਿਸ਼ ਕਰੋਗੇ, ਨਾ ਇਹ ਸਾਧਨਾ ਆ ਨਾ ਉਹ ਸਾਧਨਾ ਆ, ਦੋਨਾਂ ਹੀ ਰੂਪਾਂ ਦੇ 'ਚ ਬੰਦਾ ਸਭ ਚੀਜ਼ਾਂ 'ਚ ਲੋਸਟ ਹੋ ਜਾਏਗਾ। ਅੰਤ ਕਾਰਨ ਕੀਤੇ ਤਾਂ ਕਿ ਅੰਤ ਨਾ ਪਾਏ ਜਾਏ। ਹੁਣ ਆਹ ਜਿਹੜੀ ਚੀਜ਼ ਆ, ਅੰਤ ਕਾਰਨ ਕੀਤੇ ਬਿਲਣਾ ਹੈ, ਵਿਲਕਣਾ, ਮਤਲਬ ਜਿਵੇਂ ਅਸੀਂ ਜਿਹਨੂੰ ਅੱਜ ਕੱਲ੍ਹ ਐਨਗਜ਼ਾਇਟੀ ਕਹਿੰਦੇ ਹਾਂ, ਜਿਹੜਾ ਐਨਗਜ਼ਾਇਟੀ ਦਾ ਤਸੱਵਰ ਹੈ ਕਿ ਉਹ ਇਸ ਰੂਪ ਦੇ ਵਿੱਚ ਆ ਕਿ ਅਸੀਂ ਹਰ ਚੀਜ਼ ਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ। ਜਿਵੇਂ ਨਾ ਮੇਰੇ ਹੱਥਾਂ ਦੇ ਤੁਸੀਂ ਇੱਕ ਪੱਥਰ ਫੜਾ ਦਿਓ ਅਤੇ ਮੇਰੇ ਹੱਥ ਜਿਹੜੇ ਨੇ ਉਹ ਓਇਲੀ ਹੋਣ, ਹੁਣ ਓਇਲੀ ਹੱਥਾਂ ਨਾਲ ਪੱਥਰ ਆ ਅਤੇ ਥੱਲੇ ਮੇਰੇ ਪੈਰ ਨੇ, ਅਤੇ ਮੈਨੂੰ ਇਹ ਲੱਗ ਰਿਹਾ ਕਿ ਇਹ ਪੱਥਰ ਮੇਰੇ ਪੈਰਾਂ 'ਤੇ ਡਿੱਗਣਾ ਅਤੇ ਮੇਰੇ ਪੈਰ ਟੁੱਟ ਜਾਣੇ ਅਤੇ ਮੈਂ ਉਹਨੂੰ ਪਕੜਨ ਦੀ ਕੋਸ਼ਿਸ਼ ਕਰ ਰਿਹਾ, ਇਹ ਐਂਕਸ਼ੀਅਸ ਫੀਲਿੰਗ ਆ। ਅਸੀਂ ਸੰਸਾਰ ਵਿੱਚ ਇਸ ਤਰੀਕੇ ਨਾਲ ਚੀਜ਼ਾਂ ਪਕੜ ਰਹੇ ਹਾਂ ਅਤੇ ਇਹ ਚਲੋ ਪੱਥਰ 'ਤੇ ਪੈਰ 'ਤੇ ਡਿੱਗੇਗਾ ਅਤੇ ਬੰਦਾ ਕਹੇਗਾ ਭਾਈ ਸਾਹਿਬ ਸੱਟ ਤਾਂ ਲੱਗੇਗੀ ਨਾ। ਇਸ ਰੂਪ ਦੇ ਵਿੱਚ ਇੱਥੇ ਉਸ ਤਰ੍ਹਾਂ ਦਾ ਵਿਜ਼ੀਬਲ ਪੱਥਰ ਨਹੀਂ ਗਾ, ਇਹ ਪੱਥਰ ਪਤਾ ਕਿਵੇਂ ਦਾ ਆ, ਜਿਹਨੂੰ ਭਗਤ ਜੀ ਨੇ ਆਪਣੀ ਬਾਣੀ 'ਚ ਬਿਆਨ ਕੀਤਾ, ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਇਗਜ਼ਾਮਪਲ ਪਤਾ ਕੀ ਕੀਤੀ, ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛਰੁਤ ਦੁੱਖ ਪਾਇਆ ਸੋਗਤ ਭਈ ਹਮਾਰੀ। ਨਰਪਤ ਏਕ ਸਿੰਘਾਸਨ ਸੋਇਆ, ਸਿੰਘਾਸਨ 'ਤੇ ਬਾਦਸ਼ਾਹ ਸੁੱਤਾ, ਰਾਜਾ ਸੁੱਤਾ, ਅਤੇ ਸੁਪਨਾ ਆ ਗਿਆ ਅਤੇ ਸੁਪਨੇ 'ਚ ਬਣ ਗਿਆ ਭਿਖਾਰੀ, ਅਤੇ ਉਹ ਭਿਖਾਰੀ ਬਣਿਆ ਹੋਇਆ ਹੁਣ ਵਿਲਕ ਰਿਹਾ, ਰੋ ਰਿਹਾ, ਕਲਪ ਰਿਹਾ। ਅਸੀਂ ਦੇਖਦੇ ਹਾਂ ਸਮਾਜਾਂ ਦੇ ਵਿੱਚ ਕਿਸ ਰੂਪ ਵਿੱਚ ਚੀਜ਼ਾਂ ਪ੍ਰਵਿਰਤ ਹੁੰਦੀਆਂ। ਅੰਤ ਕਾਰਨ ਕੀਤੇ ਬਿਲਲਾਏ, ਕੀ ਹੋਏਗਾ ਭਾਈ ਸਾਹਿਬ, ਅੰਤ ਕੀ ਹੋਏਗਾ, ਭਈ ਜੋ ਹੋਏਗਾ ਕਰਤਾਰ ਨੂੰ ਪਤਾ, ਠੀਕ ਹੀ ਹੋਏਗਾ, ਮਤਲਬ ਹੋਣਾ ਕੀ ਹੋਣਾ ਆ। ਸਭ ਤੋਂ ਵੱਡੀ ਚੀਜ਼ ਕੀ ਹੈ, ਵੱਧ ਤੋਂ ਵੱਧ ਇਹ ਹੋਏਗਾ ਮੈਂ ਨਹੀਂ ਹੋਵਾਂਗਾ, ਮੈਂ ਇੱਕ ਦਿਨ ਵੈਸੇ ਵੀ ਨਹੀਂ ਹੋਣਾ, ਇਸ ਰੂਪ 'ਚ ਤਾਂ ਹੋਣਾ ਹੀ ਨਹੀਂਗਾ, ਫਿਰ ਕੀ ਹੋ ਜਾਏਗਾ, ਜਦੋਂ ਮੈਂ ਨਹੀਂ ਸੀ ਉਦੋਂ ਕੀ ਹੋ ਗਿਆ ਸੀ, ਮਤਲਬ ਅਹਿਸਾਸ ਕਰੋ, ਇੱਕ ਪਲ ਇਕੁਏਸ਼ਨ ਦੇਖੋ ਪੂਰੇ ਰੂਪ ਦੇ ਵਿੱਚ, ਬੰਦੇ ਨੂੰ ਫਿਰ ਪਤਾ ਲੱਗਦਾ ਹਾਂ ਆਹ ਚੀਜ਼ ਇਸ ਰੂਪ ਵਿੱਚ ਵਾਪਰ ਜਾਂਦੀ ਹੈ। ਟੂਕ ਮਾਤਰ ਇੱਕ ਐਗਜ਼ਾਮਪਲ ਕਰਨਾ, ਸਮਾਂ ਲੱਗਾ ਦੂਜਾ ਦਿਆਂਗਾ, ਬਟ ਟੂਕ ਮਾਤਰ ਹੀ ਦੇ ਰਿਹਾ। ਬਹੁਤ ਸਾਲ ਪਹਿਲਾਂ ਦੀ ਗੱਲ ਆ, ਇੱਥੇ ਗੁਰਬਾਣੀ ਪ੍ਰੋਗਰਾਮ ਅਸੀਂ ਕਰਦੇ ਹਾਂ ਜਿਹੜਾ, ਉਹ ਤੋਂ ਕਿਸੇ ਨੇ ਸੁਣਿਆ, ਹੁਣ ਤਾਂ ਖੈਰ ਬਹੁਤਾ ਸੁਣਦੇ ਨਹੀਂ ਲੋਕ ਕਿਉਂਕਿ ਸਾਡਾ IPTVs ਵਗੈਰਾ ਸਾਰੇ ਚਾਹੁਣ ਕਰਕੇ ਅਤੇ ਜ਼ਿਆਦਾ ਇੰਡੀਆ ਦੇ ਸ਼ੋਜ਼ ਹੀ ਰਨ ਹੁੰਦੇ ਨੇ ਇਹ, ਹਾਲਾਂਕਿ ਕੈਨੇਡੀਅਨ ਸੋਸਾਇਟੀ ਵਾਸਤੇ ਹੈਲਦੀ ਨਹੀਂ ਹੈਗਾ। ਸਾਨੂੰ ਜਿਹੜਾ ਕੰਟੈਂਟ ਆ ਸੁਣਨਾ ਵੇਖਣਾ ਲੋਕਲ ਚਾਹੀਦਾ, ਵੱਧ ਤੋਂ ਵੱਧ ਲੋਕਲ ਕੰਟੈਂਟ ਨਾਲ ਜਿੰਨੇ ਤੁਸੀਂ ਆਪਣੇ ਆਪ ਨੂੰ ਜੋੜੋਗੇ ਉਤਨਾ ਬੈਟਰ ਰਹੇਗਾ, ਤੁਹਾਡੀ ਐਨਰਜੀ ਉਸ ਪਾਸੇ ਲੱਗੇਗੀ ਜੋ ਤੁਹਾਡਾ ਹੁਣ ਨੂੰ ਸੁਧਾਰੇਗੀ, ਨਹੀਂ ਤਾਂ ਅਦਰਵਾਈਜ਼ ਅਸੀਂ ਇੱਕ ਅਜੀਬ ਤਰ੍ਹਾਂ ਦੇ ਡ੍ਰੀਮ ਵਰਲਡ 'ਚ ਜੀਆਂਗੇ ਅਤੇ ਜਿਹਦੇ 'ਚੋਂ ਸਾਡੀ ਜਨਰੇਸ਼ਨ ਜਿਹੜੀ ਇੱਥੋਂ ਦੀ ਉਹ ਸਾਡੇ ਤੋਂ ਬਿਲਕੁਲ ਡਿਸਕਨੈਕਟ ਹੋ ਜਾਏਗੀ। ਸੋ ਇਹ ਬੜੀ ਵੱਡੀ ਅਲਾਮਤ ਹੈ। ਖੈਰ ਉਹ ਉਹਨਾਂ ਦਿਨਾਂ ਸ਼ੋਅ ਕਾਫੀ ਲੋਕ ਸੁਣਦੇ, ਬਹੁਤ ਕਾਲਸ ਕਰਦੇ ਸ਼ੋਅ ਤੋਂ ਬਾਅਦ, ਮੈਨੂੰ ਯਾਦ ਆ ਮੈਨੂੰ ਪ੍ਰੇਰਿਸ ਤੋਂ ਕਾਲ ਆਈ ਅਤੇ ਮੈਂ ਸ਼ਾਇਦ ਅੱਗੇ ਵੀ ਬਾਤ ਡਿਸਕਸ ਕੀਤੀ ਹੋਈ ਕਿਤੇ, ਅਤੇ ਕਾਲ ਆਈ ਅਤੇ ਉਹ ਮਾਂ ਸੀਗੀ ਕੋਈ, ਅਤੇ ਰੋਈ ਬੜਾ ਵਿਲਕੀ, ਮੈਂ ਇਮੋਸ਼ਨਲ ਹੋਈ ਸੀ। ਮੈਂ ਕਿਹਾ ਜੀ ਕੋਈ ਨਾ ਤੁਸੀਂ ਆਪਣੇ ਆਪ ਨੂੰ ਸੰਭਾਲੋ, ਇਮੋਸ਼ਨਸ ਦੇ ਵਿੱਚ ਗੱਲ ਨਹੀਂ ਹੋ ਸਕਦੀ, ਜਦੋਂ ਤੁਸੀਂ ਇਮੋਸ਼ਨਸ ਦੇ ਵਿੱਚੋਂ ਥੋੜ੍ਹੇ ਬਾਹਰ ਆਏ ਅਤੇ ਕੈਪੇਬਲ ਹੋ ਸਕੇ ਗੱਲ ਕਹਿਣ ਦੇ ਸੁਣਨ ਦੇ, ਫਿਰ ਕਾਲ ਕਰ ਲਿਓ। ਖੈਰ ਉਹਨਾਂ ਸੰਭਾਲਿਆ ਆਪਣੇ ਆਪ ਨੂੰ, ਲੌਂਗ ਸਟੋਰੀ ਸ਼ੋਰਟ ਬਿਆਨ ਕਰਾਂ, ਉਹ ਕਹਿੰਦੇ ਤੁਹਾਨੂੰ ਕਾਲ ਹੀ ਕਰ ਲੈ, ਨਿਬੇੜ ਦੇਣਾ ਕੰਮ। ਮੈਂ ਕਿਹਾ ਜੀ ਠੀਕ ਆ, ਨਿਬੇੜਨਾ ਵੀ ਕਾਲੀ ਕੀ ਹੈ, ਗੱਲ ਕਰ ਲੈਂਦੇ ਹਾਂ, ਨਿਬੜ ਜਾਣਾ ਨਾ, ਉਸ ਤੋਂ ਪਹਿਲਾਂ ਗੱਲ ਹੀ ਕਰ ਲੈਂਦੇ ਹਾਂ, ਚਲੋ ਕੀ ਗੱਲ ਕੀ ਹੈ। ਗੱਲ ਕੀ ਹੈ ਕਿ ਆਪਣੇ ਬੱਚੇ ਬਾਰੇ ਦੱਸਣ ਲੱਗੇ,
ਬੱਚਾ ਘਰੇ ਪਾਲਿਆ ਸੰਭਾਲਿਆ ਬੜੀ ਕੇਅਰ ਕੀਤੀ ਘਰ ਦਾ ਫੂਡ ਖਾਂਦਾ ਸੀਗਾ ਸਾਰੀਆਂ ਤਰੀਫਾਂ ਕੀਤੀਆਂ ਸਾਰੀਆਂ ਬਸ ਘਰੋਂ ਬਾਹਰ ਪੈਰ ਰੱਖਿਆ ਯੂਨੀਵਰਸਿਟੀ ਚਲਾ ਗਿਆ ਇਸ ਤਰ੍ਹਾਂ ਹੋ ਗਿਆ ਇਸ ਤਰੀਕੇ ਨਾਲ ਦੂਰ ਹੋ ਗਿਆ ਸਭ ਕੁਛ ਜੀ ਆਦਤਾਂ ਬਦਲ ਗਈਆਂ ਡਰਿੰਕ ਕਰਦਾ ਸਭ ਉਹ ਦੁਨੀਆ ਭਰ ਦੀ ਚੀਜ਼ ਦੱਸੀ ਸਾਰਾ ਕੁਝ ਦੱਸ ਦਸਾ ਕਿ ਨਾਲੇ ਰੋਏ ਤਾਂ ਸਭ ਕੁਝ ਮੈਂ ਕਿਹਾ ਜੀ ਗੱਲ ਇਹ ਹੈ ਕਿ ਨਾ ਜਿਵੇਂ ਤੁਸੀਂ ਦੱਸੀ ਸਾਰੀ ਗੱਲ ਅਤੇ ਸੋਰੀ ਆ ਨਾ ਤੁਹਾਨੂੰ ਵਾਕਿਆ 'ਚ ਆਪਣੇ ਆਪ ਨੂੰ ਖਤਮ ਕਰ ਲੈਣਾ ਚਾਹੀਦਾ ਤੁਹਾਨੂੰ ਆਪਣੇ ਆਪ ਨੂੰ ਵਾਕਿਆ 'ਚ ਯੂ ਸ਼ੁੱਡ ਕਿਲ ਯੋਰ ਸੈਲਫ ਐਂਡ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਬੱਚੇ ਨੂੰ ਸ਼ਰਾਬ ਪਿਆਣੀ ਸਿਖਾਈ ਤੁਸੀਂ ਉਹਨੂੰ ਮਾੜੀ ਸੰਗਤ 'ਤੇ ਜਾਣਾ ਦੱਸਿਆ ਤੁਸੀਂ ਉਹਨੂੰ ਮਾੜੇ ਪਾਸੇ ਲੈ ਕੇ ਗਏ ਤੁਸੀਂ ਉਸ ਨੂੰ ਜਿਹੜਾ ਹੈ ਇਸ ਰੂਪ ਦੇ ਵਿੱਚ ਉਹਨੂੰ ਲੀਡ ਕੀਤਾ ਮਾੜੇ ਪਾਸੇ ਜਾ ਕਹਿੰਦੀ ਨਹੀਂ 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 ਭਾਈ ਸਾਹਿਬ ਤੁਸੀਂ ਗਲਤ ਸਮਝ ਰਹੇ ਹੋ ਮੈਂ ਐਸਾ ਕੁਛ ਨਹੀਂ ਕੀਤਾ ਮੈਂ ਤੈਨੂੰ ਆਹ ਸਿਖਾਇਆ ਆਹ ਸਿਖਾਇਆ ਆਹ ਸਿਖਾਇਆ ਆਹ ਚੰਗਾ ਕੀਤਾ ਅਤੇ ਮੈਂ ਫਿਰ ਤੁਸੀਂ ਕਿਉਂ ਮਰਨਾ ਹੈਗਾ ਹੁਣ ਜੇ ਤੂੰ ਕੀਤਾ ਹੀ ਕੁਛ ਨਹੀਂ ਗਲਤ ਵੀ ਯੂ ਹੈਵ ਪੁੱਟ ਯੂਰ 100% ਐਫਰਟ ਓਵਰ ਦੇਅਰ ਵਾਈ ਡੂ ਵਾਂਟ ਟੂ ਕਿਲ ਯੋਰ ਸੈਲਫ ਪਰ ਭਾਈ ਸਾਹਿਬ ਬੰਦਾ ਚਾਹੁੰਦਾ ਤਾਂ ਹੈ ਨਾ ਐਵੇਂ ਦੀ ਚੀਜ਼ ਬਣੇ ਮੈਂ ਕਿਹਾ ਬੰਦਾ ਚਾਹੁੰਦਾ ਆ ਅਤੇ ਇੱਕ ਵੱਡਾ ਵੀ ਚਾਹੁੰਦਾ ਕੁਝ ਹੋਰ ਪਤਾ ਨਹੀਂ ਉਹ ਕਿਹੜੇ ਰੰਗ 'ਚ ਰਾਜੀ ਹੈ ਅਸੀਂ ਸ਼ਬਦ ਕਿੰਨੀ ਕਿੰਨੀ ਵਾਰੀ ਪੜ੍ਹੇ ਆਪੇ ਹਰ ਇੱਕ ਆਪੇ ਬਹੁ ਰੰਗੀ ਜੋਤਿਸ ਭਾਵੈ ਨਾਨਕਾ ਸਾਈਗਲ ਚੰਗੀ ਜਿਹੜੀ ਅੰਤ ਕਾਰਨ ਕੇਤੇ ਬਿਲਲਾ ਹੈ ਇੱਕ ਤਰ੍ਹਾਂ ਦਾ ਅੰਤ ਨਹੀਂ ਗਾ ਰੱਬ ਦਾ ਬੰਦਾ ਕਹਿੰਦਾ ਕਈ ਵਾਰੀ ਮੈਨੂੰ ਯਾਦ ਲਾਅ ਦਾ ਸਟੂਡੈਂਟ ਫਿਰ ਬਸ ਹੁਣ ਪ੍ਰੇਰੀ 'ਚ ਹੋਈ ਮੈਨੂੰ ਉੱਥੇ ਉੱਥੇ ਯਾਦ ਹੈ ਉਹ ਬੱਚਾ ਬਹੁਤ ਵਧੀਆ ਮਤਲਬ ਬੜਾ ਸਮਾਰਟ ਬੱਚਾ ਲਾਅ ਸਕੂਲ ਤੋਂ ਨਿਕਲਿਆ ਅਤੇ ਸਿੱਧੀ ਕਰਾਊਨ ਨੇ ਡਿਊਟੀ ਦੇ ਦਿੱਤੀ ਉਸਨੂੰ ਜਿਹੜੀ ਉਹ ਲੀਗਲ ਏਡ ਹੁੰਦੀ ਹੈ ਉਸ ਨੂੰ ਉਹਦੀ ਐਲੀਜੀਬਿਲਿਟੀ ਚੈੱਕ ਕਰਕੇ ਉਹਨੂੰ ਡਿਸਟ੍ਰੀਬਿਊਟ ਕਰਨ ਵਾਸਤੇ ਲੀਗਲ ਏਡ ਇੱਕ ਪੈਸਾ ਹੁੰਦਾ ਜਿਹੜਾ ਜੇ ਵਕੀਲ ਨਹੀਂ ਕਰ ਸਕਦੇ ਉਹਨਾਂ ਨੂੰ ਗੌਰਮੈਂਟ ਪੈਸੇ ਦਿੰਦੀ ਹੈ ਵਕੀਲ ਕਰਨ ਵਾਸਤੇ ਵੀ ਤੁਸੀਂ ਤੁਹਾਡੀ ਲਾਅ ਦੇ 'ਚ ਰੀਪ੍ਰਜੈਂਟ ਕੋਰਟ 'ਚ ਰੀਪ੍ਰਜੈਂਟੇਸ਼ਨ ਹੋਏ ਅਤੇ ਉਹ ਕਰਾਊਨ ਦੇ ਉਹਨੂੰ ਉਹ ਰੋਲ ਕਰਦਾ ਬਹੁਤ ਵੱਡਾ ਰੋਲ ਸੀਗਾ ਉਹਦਾ ਅਤੇ ਹੁਣ ਜਿਹੜੇ ਲੋਕ ਸਮਝੋ ਵਕੀਲ ਨਹੀਂ ਕਰ ਸਕਦੇ ਉਹ ਲੋਕ ਉਹੀ ਹੁਣ ਜਿਹੜੇ ਸਟਰਗਲ ਕਰਦੇ ਨੇ ਅਤੇ ਸਟਰਗਲ ਕਰਦੇ ਮੋਸਟਲੀ ਐਡਿਕਸ਼ਨ ਕਰਕੇ ਨਸ਼ਿਆਂ ਕਰਕੇ ਹੋਮਲੈਸ ਨੇ ਇਸ ਤਰੀਕੇ ਦੇ ਲੋਕ ਉਹਨਾਂ ਨਾਲੋਂ ਡੀਲ ਕਰਦਾ ਜਦੋਂ ਡੀਲ ਕਰਦਾ ਅਤੇ ਉਹ ਫਿਰ ਉਹਨਾਂ ਦੀਆਂ ਸਟੋਰੀ ਸੁਣਦਾ ਗੱਲਾਂ ਸੁਣਦਾ ਸਾਰੀਆਂ ਅਤੇ ਬੜਾ ਹੈਰਾਨ ਹੁੰਦਾ ਅਤੇ ਬੜਾ ਅੰਦਰ ਐਮਪਥੀ ਬੜੀ ਹੁੰਦੀ ਵੀ ਉਹ ਮਾਈ ਗੁੱਡਨੈਸ ਇਹ ਲੋਕ ਤਾਂ ਬੜਾ ਸਫ਼ਰ ਕਰ ਰਹੇ ਨੇ ਖੈਰ ਆ ਕੇ ਘਰੇ ਮੰਮੀ ਡੈਡੀ ਦੋਨੋਂ ਗੁਰਦੁਆਰਾ ਸਾਹਿਬ ਜਾਂਦੇ ਪਾਠ ਕਰਦੇ ਉਹਨਾਂ ਨੂੰ ਕਹਿੰਦਾ ਪਾਠ ਕਰਨਾ ਛੱਡੋ ਗੁਰਦੁਆਰੇ ਜਾਣਾ ਛੱਡੋ ਮੈਨੂੰ ਪਤਾ ਲੱਗਾ ਤੁਹਾਡਾ ਰੱਬ ਠੀਕ ਨਹੀਂ ਕਰ ਰਿਹਾ ਕੁਛ ਵੀ ਮੈਨੂੰ ਉਹਦੀ ਹੁਣ ਸਿਸਟਮ 'ਚ ਬੜੀ ਵੱਡੀ ਫਾਲਟ ਲੱਭ ਗਈ ਹੈ ਇਹ ਤੁਸੀਂ ਨਾ ਮੇਰੀ ਗੱਲ ਸੁਣੋ ਉਹਨੂੰ ਬਸ ਇਹ ਠੀਕ ਨਹੀਂ ਗਾ ਖੈਰ ਉਹ ਕਹਿਣ ਸ਼ੁਰੂ ਸ਼ੁਰੂ ਤੋਂ ਮਜ਼ਾਕ 'ਚ ਲਿਆ ਮੁੜ ਕੇ ਝਗੜਾ ਕਾਫੀ ਵੱਧ ਗਿਆ ਅਤੇ ਉਹ ਕਹਿੰਦੇ ਜੀ ਇਹ ਤਾਂ ਰੋਜ਼ ਹੀ ਸਾਨੂੰ ਐਵੇਂ ਕਹਿੰਦਾ ਸਾਨੂੰ ਤਾਂ ਹੁਣ ਸ਼ਰੇਆਮ ਮਤਲਬ ਰੱਬ ਦਾ ਨਾਂ ਲੈ ਕੇ ਗਾਲਾਂ ਕੱਢਦਾ ਉਹ ਲਿਟਰਲੀ ਤੌਰ 'ਤੇ ਕਹਿੰਦੇ ਉਹ ਖੈਰ ਮੈਂ ਗਿਆ ਕਹਿੰਦੇ ਭਾਈ ਸਾਹਿਬ ਤੁਸੀਂ ਆ ਕੇ ਬੈਠੋ ਮੈਂ ਕਿਹਾ ਵੀ ਲੋ ਮੈਨੂੰ ਵੀ ਤੁਸੀਂ ਗਾਲਾਂ ਹੀ ਪਵਾਉਣੀਆਂ ਨੇ ਹੋਰ ਕੀ ਕਰਨਾ ਉੱਥੇ ਲਿਜਾ ਕੇ ਕੋਈ ਨਾ ਇਟਸ ਓਕੇ ਆਈ ਵਿਲ ਗੋ ਦਿਓ ਬੈਠੇ ਉਹਨੇ ਖੈਰ ਦੋ ਚਾਰ ਵਰਡ ਬੜੇ ਰੋਂਗ ਯੂਜ਼ ਕੀਤੇ ਕਹਿੰਦਾ ਆਈ ਵਾਂਟ ਟੂ ਸੀ ਯੂਅਰ ਸੋ ਗੋਡ ਮੈਂ ਕਿਹਾ ਵੀ ਠੀਕ ਆ ਉਹ ਸੋ ਗੋਡ ਜਿਹੜਾ ਆ ਅਜੇ ਮੈਂ ਵੀ ਲੱਭ ਰਿਹਾ ਵਾਂ ਅਤੇ ਰਲ ਕੇ ਲੱਭਾਂਗੇ ਲੱਭ ਗਿਆ ਅਤੇ ਤੇਰੀ ਗੱਲ ਵੀ ਪਹੁੰਚਾ ਦਿਆਂਗੇ ਮੇਰੀਆਂ ਵੀ ਕੁਝ ਗੱਲਾਂ ਨੇ ਮੈਂ ਵੀ ਕਰ ਦਿਆਂਗਾ ਕਹਿੰਦੇ ਵੱਡੀ ਮੀਨ ਬਾਏ ਸੇਇੰਗ ਇਟ ਮੈਂ ਕਿਹਾ ਇਹ ਮੀਨ ਇਹੀ ਹੈ ਵੀ ਭਲਿਆ ਇਹ ਮੁਆਸ਼ਰਾ ਆ ਮੀਨ ਮੈਂ ਅਤੇ ਤੂੰ ਰਲ ਕੇ ਸਾਡੇ ਅੰਦਰ ਹੀ ਉਹ ਰੱਬਦਾ ਆ ਸਾਨੂੰ ਉਹਨੇ ਆਟੋਨਮੀ ਦਿੱਤੀ ਹੈ ਸਾਨੂੰ ਨਾ ਹਿਟਲਰ ਨੂੰ ਗਾਲਾਂ ਕੱਢਣੀਆਂ ਚੰਗਾ ਲੱਗਦੀਆਂ ਨੇ ਲੋਕ ਕਹਿੰਦੇ ਹਿਟਲਰ ਉਹ ਬਹੁਤ ਮਾੜਾ ਸੀਗਾ ਇੱਕ ਇਗਜ਼ਾਮਪਲ ਹੋਰ ਦੇ ਦੇਣਾ ਤੁਹਾਡੇ ਦੇ ਨਾਲ ਮੇਰੇ ਕੋਲ ਇੱਥੇ ਕੈਲੀਫੋਰਨੀਆ ਇੱਕ ਬੀਬੀ ਜੀ ਆਏ ਅਤੇ ਉਹ ਅਦਵੈਤ ਹੁੰਦਾ ਇੱਕ ਕੋਨਸੈਪਟ ਹੈ ਵੇਦਾਂਤਿਕ ਉਹਦੇ 'ਚ ਉਹ ਕੁਛ ਕਾਫੀ ਪ੍ਰੈਕਟਿਸ ਕਰ ਰਹੀ ਸੀ ਅਤੇ ਉਹ ਕਨਫਿਊਜ਼ ਸੀ ਕੁਛ ਚੀਜ਼ਾਂ ਬਾਰੇ ਉਹਦੇ ਬਾਰੇ ਕੋਈ ਡਿਬੇਟ ਕਰਨ ਵਾਸਤੇ ਆਈ ਗੱਲਾਂ ਕਰਨ ਵਾਸਤੇ ਆਈ ਮੇਰੇ ਨਾਲ ਕਿਸੇ ਨੂੰ ਮੇਰਾ ਰੈਫਰੈਂਸ ਦਿੱਤਾ ਅਤੇ ਖੈਰ ਉਹ ਕਹਿੰਦੀ ਅੱਛਾ ਵੀ ਪਹਿਲੀ ਗੱਲ ਇੱਥੋਂ ਸ਼ੁਰੂ ਹੁੰਦੀ ਵੀ ਸਭ 'ਚ ਰੱਬ ਵੱਸਦਾ
ਮੈਂ ਕਿਹਾ ਇਹੀ ਪੜ੍ਹਦੇ ਹਾਂ ਅਸੀਂ ਪੱਕਾ। ਹਾਂ ਕੋਈ ਮੈਨੂੰ ਰੈਫਰੈਂਸ ਦੇ, ਰੈਫਰੈਂਸ ਕੀ ਦਿਓਗੇ? ਇਹੀ ਦਿਓਗੇ ਨਾ, ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ, ਉਹਦੀ ਜੋਤ ਹੀ ਸਾਰਿਆਂ 'ਚ ਰੱਬ ਦੀ। ਕਹਿੰਦੀ ਉਹਨਾਂ ਆਈ ਡਿਸਐਗਰੀ ਹੇਅਰ। ਮੈਂ ਕਿਹਾ ਜੀ ਅੱਛਾ ਕਹਿੰਦੇ ਹਾਂ, ਅੱਛਾ ਤੂੰ ਇਹ ਕਹਿੰਦਾ ਸਾਰੇ 'ਚ ਰੱਬ ਵੱਸਦਾ? ਹਾਂ ਹਿਟਲਰ 'ਚ ਰੱਬ ਵੱਸਦਾ? ਓ ਮਾਈ ਗੋਸ਼, ਕ੍ਰੇਜ਼ੀ ਹੈ ਤੂੰ, ਉਹਦੇ 'ਚ ਕਿਵੇਂ ਰੱਬ ਵੱਸ ਸਕਦਾ? ਮੈਂ ਕਿਹਾ ਹਾਂ, ਹੁਣ ਤੇਰੀ ਗੱਲ ਬਿਲਕੁਲ ਪਕੜ 'ਚ ਆਉਂਦੀ ਹੈ, ਕਿਉਂਕਿ ਸਾਡੀ ਇਹ ਮੁਸ਼ਕਿਲ ਬਣ ਗਈ ਹੈ ਕਿ ਆਪਾਂ ਇੱਕ ਕਰੈਕਟਰ ਪਕੜੀਏ, ਉਹਦੇ 'ਤੇ ਇਲਜ਼ਾਮ ਲਾਈਏ ਅਤੇ ਆਪ ਸਾਰੇ ਬਰੀ ਹੋ ਜਾਈਏ, ਵੀ ਇਹਦਾ ਕਸੂਰ ਆ, ਬਾਕੀ ਸਾਰੇ। ਇਹ ਮੁਆਸ਼ਰਾ ਆ, ਸਾਰਿਆਂ ਨੇ ਚੰਗਿਆਈ ਅਤੇ ਬੁਰਿਆਈ 'ਚ ਯੋਗਦਾਨ ਪਾਇਆ ਆ। ਜੇ ਚੰਗੇ ਹਾਂ ਤਾਂ ਵੀ ਸਾਰਿਆਂ ਦਾ ਇੱਕ ਕੰਟਰੀਬਿਊਸ਼ਨ ਆ, ਜੇ ਬੁਰੇ ਹਾਂ ਤਾਂ ਵੀ। ਅਤੇ ਇਹ ਕੁਦਰਤ ਇਵੋਲਵ ਕਰਦੀ ਹੈ ਸਾਰੀਆਂ ਚੀਜ਼ਾਂ ਦੇ ਸਰੂਪ ਦੇ ਅੰਦਰ। ਅਸੀਂ ਇੱਕ ਆਈਸਬਰਗ ਦਾ ਟਿਪ ਦੇਖਦੇ ਹਾਂ, ਡੱਕ, ਅਸੀਂ ਕਹਿੰਦੇ ਹਾਂ ਇਹਨੇ ਜਹਾਜ਼ ਡੇਗਤਾ, ਇਹਨੇ ਕਹਿੰਦੇ ਡੱਕ ਇਹ ਕਿਵੇਂ ਡੇਗ ਸਕਦਾ ਹੈ ਜੀ? ਭਾਈ ਇਹ ਇੰਨਾ ਕੁ ਦਿਸਦਾ ਆ, ਇਹਦੇ ਥੱਲੇ ਹੀ ਸਾਰਾ ਪਿਆ ਆ, ਉਹ ਸਿਰਫ ਇੱਕ ਟਿਪ ਆ ਛੋਟਾ ਜਿਹਾ, ਬਾਕੀ ਸਾਰਾ ਉਹਦੇ ਥੱਲੇ ਆਯਾਮ ਪਿਆ ਆ। ਬੰਦਾ ਉਹ ਆਯਾਮ ਨੂੰ ਨਹੀਂ ਦੇਖਦਾ। ਮੈਂ ਵਾਪਸ ਬੱਚੇ ਦੀ ਗੱਲ 'ਤੇ ਆਵਾਂ, ਮੈਂ ਕਿਹਾ ਬੱਚੇ ਇਸ ਸੋਸਾਇਟੀ ਨੇ ਜੋ ਕੁਝ ਬੀਜਿਆ ਆ ਉਹ ਵੱਢ ਰਹੀ ਹੈ। ਉਹ ਵੱਢਣ ਦੇ ਸਮੇਂ ਅਨਫੋਰਚੁਨੇਟ ਪਾਰਟ ਇਹ ਹੈ ਵੀ ਤੈਨੂੰ ਫਰੰਟ ਲਾਈਨ 'ਤੇ ਰੋਲ ਮਿਲ ਗਿਆ ਅਤੇ ਤੂੰ ਉਸ ਨੂੰ ਦੇਖ ਰਿਹਾ ਅਤੇ ਤੈਨੂੰ ਬੁਰਾ ਲੱਗ ਰਿਹਾ ਆ, ਇੱਥੋਂ ਬਾਤ ਆ ਰਹੀ ਹੈ। ਹਾਂ ਤੈਨੂੰ ਕੁਦਰਤ ਨੇ ਚੂਜ਼ ਕੀਤਾ, ਕੰਮ ਬਹੁਤ ਸਾਰੇ ਕਰਨ ਵਾਲੇ ਨੇ, ਆਪਾਂ ਇੱਥੋਂ ਕਰਾਂਗੇ। ਇਹ ਜਿਹੜੀਆਂ ਤੂੰ ਗਾਲਾਂ ਕੱਢ ਰਿਹਾ, ਇਹ ਤੂੰ ਆਪਣੇ ਆਪ ਨੂੰ ਅਤੇ ਸਾਨੂੰ ਸਾਰਿਆਂ ਨੂੰ ਕੱਢ ਰਿਹਾ। ਇਸ ਰੂਪ ਵਿੱਚ ਆਪਾਂ ਗਾਲਾਂ ਨਾ ਕੱਢੀਏ, ਆਪਾਂ ਇਹਦੇ ਅਸਲ ਰੂਪ ਨੂੰ ਪਹਿਚਾਨੀਏ ਅਤੇ ਉਹਦੇ 'ਚ ਆਪਣਾ ਯੋਗਦਾਨ ਪਾਈਏ। ਇਹ ਰੂਪ ਆ, ਬੀਬੀ ਜੀ ਦੀ ਇਗਜ਼ਾਮਪਲ 'ਤੇ ਵਾਪਸ ਆ ਰਿਹਾ। ਉਹ ਬੀਬੀ ਜੀ ਕਹਿੰਦੇ ਚਾਹੁੰਦਾ ਤਾਂ ਨਾ ਬੰਦਾ ਅੰਤ 'ਚ ਐਵੇਂ ਹੋ ਜਾਏ ਜੀ, ਅਖੀਰ ਸਾਡੀ ਇਹੀ ਹੁੰਦੀ ਹੈ ਉਸ ਰੂਪ ਦੇ 'ਚ। ਅਤੇ ਮੈਂ ਕਿਹਾ ਜੀ ਹੋ ਵੀ ਹੋ ਜਾਏਗਾ, ਕੁਦਰਤ ਨੇ ਚਾਹਿਆ। ਅਤੇ ਕਹਿੰਦੇ ਕਿਵੇਂ ਹੋ ਜਾਏਗਾ, ਸਾਰਾ ਕੁਝ ਤਾਂ ਖਰਾਬ ਹੋ ਗਿਆ। ਮੈਂ ਕਿਹਾ ਮੈਨੂੰ ਤੁਹਾਨੂੰ ਲੱਗਦਾ ਖਰਾਬ ਹੋ ਗਿਆ? ਕੁਦਰਤ ਕਿਹੜੇ ਰੰਗ 'ਚ ਰੰਗਦੀ ਹੈ? ਲੌਂਗ ਸਟੋਰੀ ਸ਼ੋਰਟ ਕੀ ਕਰਨਾ ਆ, ਮੈਂ ਕਿਹਾ ਇੱਥੋਂ ਤੱਕ ਗੱਲ ਹੋ ਗਈ ਹੈ, ਗੱਲ ਮੰਨ ਸਕੋਗੇ? ਹਾਂ ਠੀਕ ਹੈ ਮੰਨ ਲਾਂਗੇ। ਮੈਂ ਕਿਹਾ ਅੱਜ ਤੋਂ ਬਾਅਦ ਆਪਣੀ ਸਿਹਤ ਦਾ ਧਿਆਨ ਕਰੋ, ਆ ਰੋਣਾ ਧੋਣਾ ਬੰਦ ਕਰੋ, ਇਹਦੇ ਨਾਲ ਇਮੋਸ਼ਨਲ ਵੇ ਨਾਲ ਤੁਸੀਂ ਜਿਹੜਾ ਹੈਗਾ ਆਪਣੀ ਸਿਹਤ ਖਰਾਬ ਕਰੋਗੇ, ਡਿਪਰੀਵ ਹੋ ਜਾਓਗੇ ਉਸ ਲੈਵਲ 'ਤੇ, ਫਿਜ਼ੀਕਲ ਹੈਲਥ ਖਰਾਬ ਹੋ ਜਾਏਗੀ, ਫੈਮਿਲੀ ਇਨਵਾਇਰਮੈਂਟ, ਕਹਿੰਦੇ ਜੀ ਕੋਈ ਹਾਲ ਨਹੀਂ, ਕੋਈ ਰੋਟੀ ਨਹੀਂ ਪਕਾਉਂਦਾ, ਰੋਟੀ ਨਹੀਂ ਖਾਂਦਾ ਹਾਲਤ। ਮੈਂ ਕਿਹਾ ਇਹ ਮਤਲਬ ਤੁਸੀਂ ਤਾਂ ਦੱਸ ਰਹੇ ਹੋ ਵੀ ਸਾਰੀ ਡਿਸਟਰੈਕਸ਼ਨ ਕ੍ਰੀਏਟ ਕਰ ਲਈ ਸੀ। ਘਰ ਨੂੰ ਸੰਭਾਲੋ, ਆਪਣੇ ਆਪ ਨੂੰ ਸੰਭਾਲੋ, ਇਸ ਘਰ ਨੂੰ ਉਹ ਘਰ ਬਣਾਓ ਜੋ ਆਈਡੀਅਲ ਹੋਏ ਰਹਿਣ ਵਾਸਤੇ। ਅਤੇ ਫਿਰ ਇੱਕ ਦਿਨ ਉਸ ਬੱਚੇ ਦਾ ਸੁਨੇਹਾ ਆਏਗਾ, ਸੁਨੇਹਾ ਆਏਗਾ, ਕੈਨ ਆਈ ਵਿਜ਼ਿਟ ਯੂ ਗਾਇਜ਼? ਤੁਸੀਂ ਉਹਨੂੰ ਕਹਿਣਾ ਆ ਆਪਣੇ ਘਰ ਆਉਣ ਵਾਸਤੇ ਇਜਾਜ਼ਤ ਨਹੀਂ ਮੰਗੀ ਦੀ ਹੁੰਦੀ, ਆਪਣੇ ਘਰ ਦਾ ਬੂਹਾ ਖੋਲ੍ਹੀ ਦਾ, ਤੰਦਰ ਆ ਜਾਈਦਾ। ਸੋ ਇਫ ਯੂ ਆਰ ਪਲਾਨਿੰਗ ਟੂ ਕਮ ਨਾਓ, ਆਈ ਐਮ ਮੇਕਿੰਗ ਸੋ ਐਂਡ ਸੋ ਕਾਇੰਡ ਆਫ ਫੂਡ, ਵੁੱਡ ਯੂ ਲਾਈਕ ਟੂ ਈਟ ਇਟ? ਇਫ ਨੋਟ, ਵਟ ਐਲਸ ਵੁੱਡ ਯੂ ਲਾਈਕ ਟੂ ਪ੍ਰੈਫਰ ਟੂ ਵੁੱਡ ਯੂ ਪ੍ਰੈਫਰ ਟੂ ਈਟ? ਇਹ ਕਿਹਾ ਜੀ ਉਹਨੂੰ? ਉਹ ਖੈਰ, ਪਰ ਮੈਂ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਦਾ, ਉਹਨਾਂ ਨੇ ਇਸ ਚੀਜ਼ ਨੂੰ ਐਜ਼ ਇਟ ਇਜ਼ ਹੀ ਪਰਸੀਵ ਕੀਤਾ ਅਤੇ ਪ੍ਰੋਸੈਸ ਕਰ ਲਿਆ। 2 ਸਾਲ ਲੱਗੇ, ਉਹ ਵੇਖ ਦੁਨੀਆਂ ਵੇਖ ਕੇ ਨਾ ਸਾਰੀ ਪਰਤਾ ਹੀ, ਉਹ ਕਹਿੰਦੀ ਆਈ ਹੈਵ ਸੀਨ ਐਵਰੀਥਿੰਗ ਨਾਓ। ਇਹ ਚੀਜ਼ ਆ ਉਹਦੇ, ਅਸੀਂ ਜਜਮ ਬਹੁਤ ਜਲਦੀ ਕਰਦੇ ਹਾਂ। ਬਾਬਾ ਜੀ ਕਹਿੰਦੇ ਅੰਤ ਕਾਰਨ ਕੇਤੇ ਬਿਲ ਲਾਹੇ, ਅਸੀਂ ਚਾਹੁੰਦੇ ਆਹੀ ਐਂਡ ਗੇਮ ਇਸ ਰੂਪ ਵਿੱਚ। ਉਹ ਕਰਤਾਰੀ ਕੁਦਰਤ ਦੀ ਖੇਡ ਹੈ, ਪਤਾ ਨਹੀਂ ਕਿਸ ਰੂਪ ਵਿੱਚ ਉਹਨੇ ਰਵਣਾ ਵਰਤਣਾ ਸਾਰੇ ਦਾ ਸਾਰਾ। ਅਗਲਾ ਬਚਨ, ਤਾਂ ਕਿ ਅੰਤ ਨਾ, ਕੌਣ ਪਾਲੇਗਾ ਉਹਦੇ ਅੰਤ ਨੂੰ, ਕਿਵੇਂ ਪਾਓਗੇ, ਕਿਸ ਰੂਪ ਦੇ ਵਿੱਚ? ਇੱਥੇ ਕਿਹਾ ਮੈਨੀ ਪੀਪਲ ਆਰ ਸਟਰਗਲਿੰਗ ਟੂ ਫਾਈਂਡ ਦਾ ਐਂਡ ਆਫ ਆਲ ਮਾਈਟੀਜ਼ ਕ੍ਰੀਏਸ਼ਨ, ਬਟ ਦੈਟ ਆਲ ਮਾਈਟੀਜ਼ ਲਿਮਿਟਸ ਕਾਂਟ ਬੀ ਫਾਊਂਡ। ਉਹ ਜਿਹੜੀਆਂ ਉਹਦੀਆਂ ਲਿਮਿਟਸ, ਉਹਦਾ ਜਿਹੜਾ ਸਾਰਾ ਕ੍ਰਾਈਟੀਰੀਆ ਕਿਸ ਰੂਪ ਦੇ ਵਿੱਚ ਆ,
ਉਹਦਾ ਕੋਈ ਅਹਿਸਾਸ ਕੋਈ ਉਸ ਰੂਪ ਵਿੱਚ ਨਹੀਂ ਗਾ। ਬੰਦਾ ਹਾਂ ਇੱਕ ਹੁਕਮ ਦੇ ਤਸੱਵਰ ਦੇ ਵਿੱਚ, ਫਿਰ ਮੈਂ ਬੇਨਤੀ ਕਰਾਂਗਾ, ਚੀਜ਼ਾਂ ਕਈ ਵਾਰੀ ਲੱਗਦਾ ਪਕੜ 'ਚ ਆਉਂਦੀਆਂ, ਫਿਰ ਲੱਗਦਾ ਪਤਾ ਨਹੀਂ ਕਿਹੜੀ ਗੱਲ ਕਹੀ ਜਾਂਦੇ ਹੋ, ਆਹ ਕਰਨਾ ਆਹ ਨਹੀਂ ਕਰਨਾ ਇਸ ਤਰ੍ਹਾਂ, ਫਿਰ ਕਰਨਾ ਕੀ ਹੈ? ਆਹੀ ਚੀਜ਼ ਆ ਜੋ ਜੀਵਨ ਦੇ ਵਿੱਚ ਉਸਰਨਾ ਹੈ, ਉਹ ਉਸਰਨਾ ਗੁਣਾਂ ਦੇ ਨਾਲ, ਸ਼ੁਭਤਾ ਨਾਲ, ਚੰਗਿਆਈ ਨਾਲ। ਇਹ ਚੀਜ਼ ਕਮਾਉਣ ਵਾਸਤੇ ਉਹਦੀ ਗ੍ਰੇਸ ਅਖੀਰ ਮੁੱਕਣਾ, ਇਹਨੇ ਕਿਰਪਾ ਅਤੇ ਨਜ਼ਰ 'ਤੇ ਹੈ, ਉੱਥੋਂ ਆਉਣੀ ਹੈ। ਪਰ ਉਹ ਕਿਰਪਾ ਅਤੇ ਨਜ਼ਰ ਜਿੰਨੀ ਜਿੰਨੀ ਜਿਸ ਰੂਪ ਵਿੱਚ ਵਾਪਰ ਰਹੀ ਹੈ, ਮੌਕਾ ਬਣ ਰਿਹਾ, ਸਮਝ ਬਣ ਰਹੀ ਹੈ, ਉਦੋਂ ਹੀ ਉਸਨੂੰ ਜਿਹੜਾ ਗ੍ਰਾਸ ਕਰ ਲਈ ਉਸ ਰੂਪ ਵਿੱਚ। ਇੱਕ ਮਿਸਾਲ ਹੋਰ ਦੇ ਦੇਣਾ, ਫਿਰ ਅਗਲੀ ਪੰਕਤੀ 'ਤੇ ਆ ਰਿਹਾ ਵਾਂ ਤੁਹਾਡੇ ਨਾਲ। ਮੈਂ ਇੱਥੇ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੀ ਬਾਤ ਆ, ਕਈ ਵਾਰੀ ਹੁੰਦਾ ਮੈਂ ਵੀ ਹਿਊਮਨ ਬੀਂਗ ਆ, ਸਟੇਟ ਆਫ ਮਾਇੰਡ ਆ, ਮੈਂ ਸਟੇਜ 'ਤੇ ਬੈਠਾ, ਬਾਬੇ ਦਾ ਤਰਸ ਆ, ਕੁਝ ਸਹੀ ਰੂਪ ਦੇ ਵਿੱਚ ਖਾਧਾ ਪੀਤਾ ਹੋਏਗਾ, ਮਤਲਬ ਖੁਰਾਕ ਦੇ ਰੂਪ ਦੇ ਵਿੱਚ, ਅਤੇ ਕੁਝ ਐਨਰਜੀ ਹੋਏਗੀ, ਅਤੇ ਚੀਜ਼ਾਂ ਨੂੰ ਸਹੀ ਰੂਪ ਵਿੱਚ ਬੋਲ ਪਾਵਾਂਗਾ, ਓਬਜ਼ਰਵ ਕਰ ਪਾਵਾਂਗਾ। ਜੇ ਕਿਤੇ ਉਸ ਤਰੀਕੇ ਦਾ ਨਾ ਹੋਇਆ ਤਾਂ ਹੋ ਸਕਦਾ ਥੋਟ ਅਲਾਈਨ ਨਾ ਕਰੇ ਉਸ ਰੂਪ ਦੇ ਵਿੱਚ, ਇਹ ਵੀ ਚੀਜ਼ਾਂ ਹੋ ਜਾਂਦੀਆਂ। ਉਹ ਮੈਂ ਗਿਆ ਪ੍ਰੋਗਰਾਮ ਦੇ ਵਿੱਚ, ਕੋਈ ਫੈਮਿਲੀ ਫੰਕਸ਼ਨ ਸੀਗਾ, ਤਾਂ ਮੈਂ ਜਾ ਕੇ ਮੱਥਾ ਟੇਕ ਕੇ ਬੈਠਾ, ਅਤੇ ਉੱਥੇ ਸ਼ਰਾਗੀ ਸਿੰਘ ਸ਼ਬਦ ਗਾ ਰਹੇ ਸੀਗੇ, ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋਂ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਅੱਗੇ ਯੰਗ ਬੱਚੇ ਬੈਠੇ ਕੁਛ, ਐਂਡ ਆਈ ਵਾਜ਼ ਲਿਟਲ ਬਿਟ ਯੂ ਕੈਨ ਸੇ ਕਾਇੰਡ ਆਫ ਸ਼ੌਕਡ ਕਿ ਵਾਏ ਇੱਡਾ ਕਮਾਲ ਦਾ ਬਚਨ ਗਾਇਆ ਜਾ ਰਿਹਾ, ਅਤੇ ਇਹ ਵਿਚਾਰੇ ਕੋਈ ਵੀ ਮਾਣ ਨਹੀਂ ਪਾ ਰਹੇ ਉਸਨੂੰ, ਮੇਰੇ ਸੁਰਤ 'ਚ ਇਸ ਕਿਸਮ ਦੀ ਚੀਜ਼ ਜਿਹੜੀ ਉਹ ਸਟੱਕ ਕਰ ਗਈ ਕਿਤੇ। ਮੈਂ ਸਟੇਜ 'ਤੇ ਬੈਠਾ, ਅਤੇ ਮੈਂ ਉਹਨਾਂ ਨੂੰ ਜਿਹੜਾ ਹੈਗਾ ਇੱਕ ਤਰੀਕੇ ਦੇ ਨਾਲ ਕਹਿ ਲਓ ਕਿ ਐਡਰੈਸ ਕੀਤਾ, ਅਤੇ ਮੈਂ ਕਿਹਾ ਕਿ ਗੱਲ ਇਹ ਹੈ, ਤੁਸੀਂ ਉਸ ਸ਼ਬਦ ਸੁਣਿਆ, ਵਟ ਯੂ ਏਬਲ ਟੂ ਗੈਟ ਵਟ ਵਟ ਦੇ ਸੇਇੰਗ? ਉਹ ਕਹਿੰਦੇ ਨੋ। ਮੈਂ ਕਿਹਾ ਓਕੇ, ਲੈਟ ਮੀ ਟੈਲ ਯੂ ਲਿਟਲ ਬਿਟ। ਸੋ ਪੂਤਾ ਮਾਤਾ ਕੀ ਆਸੀਸ, ਹੇਅਰ ਇਜ਼ ਏ ਕਾਇੰਡ ਆਫ ਡਾਇਲੋਗ ਇਜ਼ ਹੈਪਨਿੰਗ ਬਿਟਵੀਨ ਯੂ ਕੈਨ ਸੇ ਅ ਕਿਡ ਐਂਡ ਮਦਰ। ਸੋ ਜਿਹੜੀ ਮਦਰ ਆ ਉਹ ਪੁੱਤ ਨੂੰ ਕੁਛ ਦੇ ਰਹੀ ਹੈ, ਉਸ ਬਖਸ਼ਿਸ਼ ਕਰ ਰਹੀ ਹੈ, ਐਂਡ ਵਟ ਇਜ਼ ਦੈਟ ਬਖਸ਼ਿਸ਼? ਉਹ ਅਸੀਸ ਆ, ਵਿਚ ਵੀ ਕੈਨ ਕੋਲਡ ਗ੍ਰੀਕ ਗ੍ਰੇਸ ਔਰ ਬਲੈਸਿੰਗਸ, ਉਹ ਇਸ ਰੂਪ ਦੇ ਵਿੱਚ ਇਸ ਤਰੀਕੇ ਸਾਡੀ ਇਸ ਕਿਸਮ ਦੀ ਇੰਟਰੈਕਸ਼ਨ ਤੋਂ ਬਾਅਦ ਮੈਂ ਮੱਥਾ ਟੇਕ ਕੇ ਬਾਹਰ ਨਿਕਲਿਆ। ਮੈਂ ਕਿਹਾ ਚਲੋ ਮੈਂ ਆਪਣਾ ਕੋਈ ਜ਼ਰੂਰ, ਇੱਕ ਬੱਚਾ ਮੇਰੇ ਪਿੱਛੇ ਉੱਠ ਕੇ ਆ ਗਿਆ, ਉਹ ਆ ਕਹਿੰਦਾ ਮੈਨੂੰ, ਕਹਿੰਦਾ ਯੂ ਨੋ ਥੈਂਕ ਯੂ, ਯੂ ਐਕਚੁਲੀ ਸੈਡ ਐਵਰੀਥਿੰਗ ਵੈਰੀ ਵੈਲ। ਮੈਂ ਕਿਹਾ ਥੈਂਕ ਯੂ ਵੈਰੀ ਮੱਚ, ਯੂ ਮੇਡ ਮਾਈ ਡੇ ਜਸਟ ਗਿਵਿੰਗ ਮੀ ਦਿਸ ਫੀਡਬੈਕ। ਥੋੜ੍ਹੀ ਸਾਡੀ ਗੱਲ ਹੋਰ ਹੋਈ, ਉਹ ਪਤਾ ਲੱਗਾ ਇਹਦੀ ਹੀ ਗ੍ਰੈਜੂਏਸ਼ਨ ਦਾ ਪ੍ਰੋਗਰਾਮ ਆ, ਫੈਮਿਲੀ ਕਰਵਾ ਰਹੀ ਹੈ। ਫਿਰ ਅਗਲੀ ਗੱਲ ਹੋਈ, ਅਗਲੀ ਗੱਲ ਇਹ ਹੋਈ, ਕਹਿਣ ਲੱਗਾ ਵੀ ਮੈਂ ਇਹਨਾਂ ਨੂੰ ਬਿਲਕੁਲ ਨਹੀਂ ਸੀ ਐਗਰੀ ਕਰਦਾ ਵੀ ਤੁਸੀਂ ਮੇਰਾ ਵੀ ਆਪਣਾ ਟਾਈਮ, ਮੇਰਾ ਵੀ ਟਾਈਮ ਵੇਸਟ ਕਰ ਰਹੇ ਹੋ, ਆਪਣਾ ਵੀ ਡੋਂਟ ਨੀਡ ਦੈਟ। ਦੇ ਕੰਪੈਲ ਮੀ, ਦੇ ਇਨਸਿਸਟਿਡ ਮੀ, ਨਾਓ ਆਈ ਫੈਲਟ ਇਟ ਵਾਜ਼ ਲਿਟਲ ਬਿਟ ਓਕੇ। ਹੁਣ ਮੈਨੂੰ ਕੁਝ ਮਹਿਸੂਸ ਹੋਇਆ ਜਦੋਂ ਬੈਠਾ ਸੀਗਾ ਕਿ ਠੀਕ ਆ ਵੀ ਇਸ ਰੂਪ ਵਿੱਚ ਪ੍ਰੋਗਰਾਮ ਹੋਣਾ ਚਾਹੀਦਾ। ਅਖੀਰ ਹੁਣ ਬੱਚਾ ਆ, ਮਤਲਬ ਸੁਰਤ ਹੈ ਉਹਦੀ, ਪਰਿਵਾਰ ਪਿਆਰ ਪਾਲਿਆ ਪਰਿਵਾਰ ਨੂੰ ਉਸ ਰੂਪ ਦੇ ਵਿੱਚ। ਕਹਿੰਦੇ ਵੀ ਸਪੋਜ਼ ਇਫ ਆਈ ਵਾਂਟ ਟੂ ਗੈਟ ਦੈਟ ਅਸੀਸ, ਹਾਓ ਕੈਨ ਆਈ ਗੈਟ ਇਟ? ਮੈਂ ਕਿਹਾ ਹਾਂ, ਹੁਣ ਤੇਰੀ ਗੱਲ ਬੜੀ ਵਧੀਆ ਆ। ਮੈਂ ਕਿਹਾ ਸੱਜਣਾ ਹੁਣ ਇਸ ਤਰ੍ਹਾਂ ਕਰੀ, ਸਾਰੇ ਜਿੰਨੇ ਰਿਲੇਟਿਵ ਤੇਰੇ ਆਏ ਨੇ ਇੱਥੇ ਤੁਹਾਡੇ ਪ੍ਰੋਗਰਾਮ 'ਤੇ ਆਏ ਨੇ, ਤੂੰ ਨਾ ਲਿਟਰਲੀ ਤੌਰ 'ਤੇ ਇੱਕ ਇੱਕ ਨੂੰ ਮਿਲਣਾ, ਅਤੇ ਮਿਲ ਕੇ ਇੱਕ ਇੱਕ ਨੂੰ ਸਾਰਿਆਂ ਨੂੰ ਕਹਿਣਾ ਜਿਵੇਂ ਮੈਨੂੰ ਆ ਕੇ ਕਿਹਾ, ਥੈਂਕ ਯੂ ਟੂ ਬੀ ਦਾ ਪਾਰਟ ਆਫ ਟੂਡੇਜ਼ ਪ੍ਰੋਗਰਾਮ, ਯੂਅਰ ਪ੍ਰੈਜੈਂਸ ਇਨ ਦਿਸ ਪ੍ਰੋਗਰਾਮ ਮੀਨ ਅ ਲੋਟ ਫੋਰ ਮੀ, ਐਂਡ ਆਈ ਰੀਅਲੀ ਐਪਰੀਸ਼ੀਏਟ ਦੈਟ, ਆਈ ਗੋਟ ਦੈਟ ਪ੍ਰਿਵਲੇਜ ਦੈਟ ਆਈ ਵਾਜ਼ ਏਬਲ ਟੂ ਇੰਜੋਏ ਯੂਅਰ ਪ੍ਰੈਜੈਂਸ ਹੇਅਰ। ਇਸ ਤਰੀਕੇ ਨੂੰ ਤੂੰ ਸਾਰਿਆਂ ਨੂੰ ਹੱਗ ਕਰਨਾ, ਅਤੇ ਸਾਰਿਆਂ ਨੂੰ ਇਸ ਤਰੀਕੇ ਨਾਲ ਕਹਿਣਾ, ਠੀਕ ਹੈ ਜੀ? ਮੈਂ ਕਹਿ ਕੇ ਆ ਗਿਆ, ਮੁੜ ਕੇ ਨਾ ਸ਼ਾਮ ਨੂੰ ਉਹਦੇ ਮੰਮੀ ਦੀ ਕਾਲ ਆਈ, ਭੈਣ ਜੀ ਦੀ, ਅਤੇ ਉਹ ਮੈਨੂੰ ਕਹਿੰਦੇ ਵੀ ਭਾਈ ਸਾਹਿਬ ਤੁਸੀਂ ਇਹਨੂੰ ਕੀ ਕੀਤਾ? ਮੈਂ ਕੀ ਹੋਇਆ? ਕਹਿਣ ਲੱਗੀ ਹੈ ਅਤੇ ਜੋ ਰਿਸ਼ਤੇਦਾਰ ਸਾਡਾ ਘਰ ਨੂੰ ਗਿਆ ਸਾਰੇ ਮੈਨੂੰ ਹੀ ਫੋਨ ਕਰੀ ਗਏ,
ਵੀ ਭੈਣ ਜੀ ਬੇਟਾ ਤਾਂ ਕਮਾਲ ਹੀ ਹੈ ਬੇਟਾ, ਇਹ ਕੀ ਹੋਇਆ? ਮੈਂ ਕਿਹਾ ਜੀ ਬਸ ਐਕਚੁਅਲੀ ਇੰਨੀ ਕੁ ਚੀਜ਼ ਹੈ, ਜੇ ਤੁਸੀਂ ਬੜੇ ਗੌਰ ਨਾਲ ਦੇਖੋਗੇ ਨਾ ਤਾਂ ਬਸ ਇਹ ਮੈਸੇਜ ਪ੍ਰਸੀਵ ਕੀਤਾ ਇਸ ਰੂਪ ਦੇ ਵਿੱਚ, ਪ੍ਰੋਸੈਸ ਹੋਇਆ, ਇਹੀ ਇਹੀ ਲਵ ਐਂਡ ਅਫੈਕਸ਼ਨ, ਇਹੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਬਾਕੀ ਕੀ ਅੰਤ ਪਾਓਗੇ ਉਹਦਾ? ਬਾਬਾ ਜੀ ਕਹਿੰਦੇ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ, ਉਹਦੇ ਉਵੇਂ ਨਹੀਂ ਅੰਤ ਮਿਲਣੇ। ਕਿੱਥੇ ਰੱਬ ਵੱਸਦਾ, ਕਿਵੇਂ ਵਰਤਦਾ? ਆਹੀ ਵਰਤ ਰਿਹਾ, ਹੁਣੀ ਵਰਤ ਰਿਹਾ, ਇਸੇ ਸਮੇਂ ਹਾਜ਼ਰ ਨਾਜ਼ਰ ਆ। ਇੰਨੀ ਕੁ ਬਾਤ ਆ, ਤੂੰ ਹਾਜ਼ਰ ਹੋ, ਉਹਦੀ ਹਾਜ਼ਰੀ ਨੂੰ ਮੰਨ ਲੈ, ਹਾਜ਼ਰਾ ਹਜ਼ੂਰ ਨੂੰ ਅਹਿਸਾਸ ਲੈ, ਬੱਚੇ ਨੇ ਇੰਨਾ ਕੁ ਅਹਿਸਾਸ ਪਾਇਆ, ਸੁਰਤ ਆਵਤਾ ਆ ਗਈ। ਸੋ ਉਸ ਰੂਪ ਵਿੱਚ ਇਹਦੇ ਜਿਹੜੇ ਮਾਇਨੇ ਆ ਰਹੇ ਨੇ। ਅਗਲੀ ਪੰਕਤੀ 'ਤੇ ਆਈਏ। ਇਹ ਅੰਤ ਨਾ ਜਾਣਾ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਦੇਖੋ ਕੁਦਰਤ ਦੀ ਖੇਡ ਆ, ਕਹੇ ਨੂੰ ਕੁਦਰਤ ਸੁਣਦੀ ਹੈ ਅਤੇ ਕਹੇ ਨੂੰ ਕੁਦਰਤ ਸਾਡੀ ਸੁਰਤ 'ਚ ਅਹਿਸਾਸ ਦਿੰਦੀ ਹੈ ਉਸ ਰੂਪ ਦੇ ਅੰਦਰ। ਹੁਣ ਜਿਹੜਾ ਇਹ ਬਚਨ ਆਇਆ ਹੈ ਕਿ ਕੋਈ ਅੰਤ ਨਹੀਂ ਪਾ ਸਕਦਾ, ਪਰ ਹਾਂ ਸਾਡੇ ਕਹੇ ਦਾ ਅਹਿਸਾਸ ਸਾਨੂੰ ਵੀ ਹੁੰਦਾ, ਸਾਡੇ ਆਲੇ ਦੁਆਲੇ ਵੀ ਹੁੰਦਾ ਆ। ਹੁਣ ਮਤਲਬ ਕਲੇਸ਼ ਕਲਪਣਾ ਕਿੱਥੋਂ ਨਿਕਲਦੀ ਹੈ? ਜਦੋਂ ਸਾਡੀਆਂ ਮਨ ਪਾਉਂਦੇ ਸਿੱਟੇ ਨਹੀਂ ਨਿਕਲਦੇ, ਕਲੇਸ਼ ਦਾ ਮਾਇਨਾ ਹੀ ਇਹ ਹੈ, ਕਲੇਸ਼ ਇੱਥੋਂ ਨਿਕਲੇਗਾ। ਕਲੇਸ਼ ਵਿੱਚੋਂ ਕਲੇਸ਼ ਅੰਦਰ ਕਿੰਨਾ ਕੁ ਸਮਾਂ ਉਹਨੂੰ ਓਪਰੈਸ ਕਰਕੇ ਰੱਖੋਗੇ, ਨਹੀਂ ਕਰ ਸਕੋਗੇ। ਕਲੇਸ਼ ਦਾ ਇਜ਼ਹਾਰ ਤੁਹਾਡੇ ਮੂੰਹ 'ਚ ਹੋਏਗਾ, ਅਤੇ ਹੋਏਗਾ ਕਿਵੇਂ? ਕਲੇਸ਼ ਇਹ ਕਹੇਗਾ ਖਤਮ ਹੋ ਜਾਏ, ਸਾਰਾ ਕੁਛ ਬਰਬਾਦ ਹੋ ਜਾਏ, ਮੁੱਕ ਜਾਏ, ਨਿਬੜ ਜਾਏ। ਇਹ ਕਲੇਸ਼ ਦਾ ਅਸਲ, ਕਲੇਸ਼ ਦੀ ਬੋਲੀ ਹੈ। ਹਾਲਾਂਕਿ ਚਾਹੀਦਾ ਇਹ ਹੈ ਕਿ ਬੰਦੇ ਦੇ ਅੰਦਰੋਂ ਆਵਾਜ਼ ਇਹ ਆਵੇ ਕਿ ਉਹਦਾ ਬੇਅੰਤ ਦਾ ਬੇਅੰਤ ਤਸੱਵਰ ਹੈ, ਅਤੇ ਇਹ ਬੇਅੰਤਤਾ ਫੈਲਦੀ ਰਹੇ, ਮੌਜੂਦ ਰਹੇ, ਉਹਨੂੰ ਇਸੇ ਰੂਪ ਵਿੱਚ ਉਹ ਪਰਸੀਵ ਕਰਦਾ ਰਹੇ, ਇਸ ਰੂਪ ਵਿੱਚ ਕਹੇ। ਮਹਾਰਾਜ ਕਹਿੰਦੇ ਇਹ ਅੰਤ ਨਾ ਜਾਣੇ ਕੋਈ, ਹਾਂ ਇਹਦਾ ਕੋਈ ਅੰਤ ਨਹੀਂ ਜਾਣ ਸਕਦਾ, ਬਹੁਤਾ ਕਹੀਏ। ਜਿੰਨਾ ਤੂੰ ਉਸਨੂੰ ਉਸ ਲੈਵਲ 'ਤੇ, ਨੋ ਵਨ ਨੋਜ਼ ਅਬਾਊਟ ਦਾ ਲਿਮਿਟਸ ਆਫ ਆਲ ਮਾਈਟੀ, ਦਾ ਮੋਰ ਵੀ ਡਿਸਕ੍ਰਾਈਬ ਅਕਾਲ ਪੁਰਖ ਦੇਰ ਇਜ਼ ਦੈਟ ਮਚ ਮੋਰ ਟੂ ਨੋ। ਸਾਨੂੰ ਹੋਰ ਅਹਿਸਾਸ ਹੋਏ ਵੀ ਹੋਰ 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 ਅਜੇ ਹੋਰ ਜਾਣਨਾ, ਹੋਰ ਪਹਿਚਾਨਣਾ, ਹੋਰ ਉਹਦੇ ਬਾਰੇ ਇਸ ਰੂਪ ਵਿੱਚ ਬਾਤ ਕਰਨੀ ਇਸ ਤਰੀਕੇ ਦੇ ਨਾਲ। ਹੁਣ ਆ ਜੀ ਇੱਕ ਇਗਜ਼ਾਮਪਲ ਦੇ ਤੌਰ 'ਤੇ ਤੁਹਾਡੇ ਸਾਹਮਣੇ ਬਾਤ ਕਰਕੇ ਬਾਕੀ ਬੱਚਿਆਂ ਨੂੰ ਮੈਂ ਜਿਹੜਾ ਵਾਇੰਡ ਅਪ ਕਰ ਦਿੰਦਾ। ਗੁਰੂ ਨਾਨਕ ਸਾਹਿਬ ਦੀ ਇਸ ਪੂਰੀ ਬਚਨ ਆ, ਬੜਾ ਲਮੇਰਾ ਹੈ, ਹੋਰ ਸਰੀਕ ਹੋਵੇ ਕੋਈ ਤੇਰਾ ਤਿਸ ਆਗਿਆ ਤੁਹਾਡੇ ਅੱਖਾਂ ਤੋਂ ਦੇ ਆਖਿਆ ਤੁਹਾਡੇ ਸਲਾਹੀ ਮੈਂ ਅੰਧੇ ਨਾਉ ਸੁਜਾਖਾ, ਜੇਤਾ ਆਖਣ ਸਾਹੀ ਸ਼ਬਦੀ ਭਾਖਿਆ ਭਾਏ ਸੁਭਾਈ, ਨਾਨਕ ਬਹੁਤਾ ਇਹੋ ਆਖਣ ਸਭ ਤੇਰੀ, ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ। ਜੇ ਕਹਿੰਦਾ ਕਹਿੰਦੇ ਬਹੁਤਾ ਕਿਵੇਂ ਕਹਾਂਗੇ ਭਾਈ ਸਾਹਿਬ, ਅਤੇ ਬਾਬਾ ਜੀ ਕਹਿੰਦੇ ਬਸ ਇਹੀ ਕਿਹਾ ਵੀ ਸਭ ਤੇਰੀ ਵਡਿਆਈ ਹੈ, ਇਹੀ ਬਹੁਤ ਆ ਤੇਰੇ ਲਈ, ਇਹੀ ਬਹੁਤਾ ਆ ਤੇਰਾ। ਜਿੱਥੇ ਜਾ ਕੇ ਬੰਦਾ ਕਹਿੰਦਾ ਵੀ ਮੈਂ ਮਹਾਰਾਜ ਮੇਰੇ ਕੋਲ ਸ਼ਬਦ ਨਹੀਂ ਹੈ, ਬਾਕੀ ਸਿਫਤ ਸਲਾਹ ਕਰਨੀ ਸਭ ਚੀਜ਼ਾਂ, ਟਾਈਮ ਹੋ ਗਿਆ, ਸਿਰਫ ਇੱਕੋ ਪਲ ਲਵਾਂ ਤੁਹਾਡਾ ਬਾਤ ਮੇਰੇ ਜ਼ਹਿਨ ਚ ਆਈ ਤਾਂ ਅਦਰਵਾਈਜ਼ ਫਿਰ ਰਹਿ ਜਾਣੀ ਹੈ। ਇੱਕ ਮੈਗਜ਼ੀਨ ਨਿਕਲਦੀ ਹੈ ਇੰਡੀਆ ਤੋਂ, ਸਰਿਤਾ ਮੁਕਤਾ, ਦਬੇ ਕੁਚਲੇ ਲੋਕਾਂ ਦੀ ਆਵਾਜ਼ ਆ, ਕਾਫੀ ਲੰਬੇ ਸਮੇਂ ਤੋਂ ਹੌਲੀ ਹੌਲੀ ਕਰਕੇ ਉਹ ਕਾਫੀ ਫੈਲੀ ਵੀ। ਅਤੇ ਮੈਂ ਸੰਭਵ ਬੰਗਲਾ ਸਾਹਿਬ ਕਥਾ ਕਰ ਰਿਹਾ ਸੀ, ਅਤੇ ਉਹ ਕਿ ਸੱਜਣ ਉਸ ਏਰੀਏ ਜਾਣਾ, ਅਤੇ ਮੈਂ ਕਿਹਾ ਮੈਂ ਜਾਣਾ, ਮੈਂ ਬੁੱਕਸ ਲੈ ਕੇ ਆਉਣੀਆਂ ਨੇ ਉੱਥੋਂ, ਉਹ ਅਸਿਸਟੈਂਟ ਮੈਨੇਜਰ ਮੈਨੂੰ ਨਾਲ ਲੈ ਕੇ ਚਲੇ ਗਏ, ਉੱਥੇ ਮੈਂ ਬੁੱਕਸ ਵਗੈਰਾ ਫਾਇੰਡ ਆਊਟ ਕਰ ਰਿਹਾ, ਅਤੇ ਉਹਨਾਂ ਦਾ ਅਸਿਸਟੈਂਟ ਐਡੀਟਰ ਜਿਹੜਾ ਮੈਗਜ਼ੀਨ ਦਾ ਉਹ ਵੀ ਬੈਠਾ ਸੀ ਉੱਥੇ, ਉਹਦੇ ਨਾਲ ਜਾ ਕੇ ਉਹ ਮੈਨੇਜਰ ਸਾਹਿਬ ਗੱਲਾਂ ਕਰਨ ਲੱਗ ਗਏ। ਗੱਲਾਂ ਕਰਨ ਦੇ ਦੌਰਾਨ ਉਹਨਾਂ ਮੇਰੇ ਬਾਰੇ ਦੱਸਿਆ ਵੀ ਇਹ ਭਾਈ ਸਾਹਿਬ ਕੈਨੇਡਾ ਤੋਂ ਆਏ ਨੇ ਅਤੇ ਇਸ ਤਰੀਕੇ ਨਾਲ ਇਹ ਕਰਦੇ ਨੇ ਸਾਰਾ, ਅਤੇ ਉਹ ਕਹਿੰਦਾ ਅੱਛਾ ਤੋ ਇਹ ਪ੍ਰਵਚਨ ਕਰਤੇ ਹੈ, ਅਤੇ ਉਹ ਇਹ ਅੱਛਾ ਬਈ ਕਿਆ ਹਮੇ ਤੋ ਇਹ ਭਗਵਾਨ ਕੀ ਬਾਤਾਂ ਕਰਨੇ ਵਾਲੇ ਲੋਕ ਜੋ ਹੈ ਇਹ ਕੁਝ ਇਹ ਕਿਸੇ ਕੰਮ ਕੇ ਨਹੀਂ ਹੈ, ਕੁਝ ਭਗਵਾਨ ਬਾਰੇ ਵੀ ਉਹਨੇ ਗੱਲਾਂ ਕੀਤੀਆਂ। ਖੈਰ ਸੰਭਵ ਮੈਂ ਉਸੇ ਆਇਲ ਦੇ ਪਿਛਲੇ ਪਾਸੇ ਕਿਤਾਬਾਂ ਖੋਲ ਰਿਹਾ ਸੀਗਾ, ਤੋ ਜਦੋਂ ਮੈਂ ਦੋ ਚਾਰ ਗੱਲਾਂ ਮੇਰੇ ਕੰਨਾਂ 'ਚ ਪਈਆਂ, ਅਤੇ ਮੈਂ ਕਿਹਾ ਵੀ ਆਪਕੋ ਲੱਗਦਾ ਭਗਵਾਨ 'ਚ ਜੇ ਕਾਫੀ ਸ਼ਿਕਾਇਤ ਹੈ,
ਕਹਿੰਦੇ ਜੀ ਆਪਕੇ ਬਣਾਏ ਹੋਏ ਭਗਵਾਨ ਜੀ ਹੈ ਹੀ ਬਹੁਤ ਖਰਾਬ। ਮੈਂ ਕਿਹਾ ਚਲੋ ਕੁਛ ਖਰਾਬੀਆਂ ਸਾਨੂੰ ਵੀ ਦੱਸ ਦਿਓ, ਕਿਤੇ ਮਿਲੇ ਅਸੀਂ ਦੱਸਾਂਗੇ ਤੁਹਾਡੀ ਵੀ ਦੱਸਿਆ ਉਹਨੇ ਖਰਾਬੀਆਂ ਇਸ ਕਿਸਮ। ਕਹਿੰਦਾ ਜੀ ਆਪਕਾ ਭਗਵਾਨ ਚਾਪਲੂਸ ਹੈ, ਵੋ ਚਾਪਲੂਸੋਂ ਕੋ ਪਸੰਦ ਕਰਤਾ ਹੈ, ਯਹੀ ਯਹੀ ਭਗਤੀ ਹੈ ਨਾ। ਮੈਂ ਕਿਹਾ ਬਹੁਤ ਅੱਛਾ। ਮੈਂ ਕਿਹਾ ਜੋ ਇਹ ਆਪਣੇ ਬਾਤ ਕਹੀ ਆਪਣੇ ਮਨ ਸੇ ਕਹੀ ਹੈ ਕਹੀਂ ਸੇ ਪੜ੍ਹ ਕੇ ਕਹੀ? ਕਹਿੰਦੇ ਜੋ ਦੇਖਾ ਵਹੀ ਕਹਾ ਹੈ। ਮੈਂ ਕਿਹਾ ਦੇਖਾ ਕਹਾ ਹੈ ਆਪ ਸਮਾਜ ਮੇਂ ਦੇਖਾ? ਮੈਂ ਠੀਕ ਹੈ, ਬਹੁਤ ਕੁਝ ਦੇਖੀਦਾ। ਮਤਲਬ ਇਹ ਮੈਂ ਬਾਹਰ ਨਿਕਲਦਾ, ਬਾਹਰ ਨਿਕਲ ਕੇ ਦੇਖਦਾ ਵੀ ਦਿੱਲੀ ਦੇ ਲੋਕ ਜਿਹੜੇ ਨੇ ਉਹ ਮਤਲਬ ਕਿਸੇ ਨੂੰ ਮਾੜਾ ਬੋਲਦੇ, ਕੌੜਾ ਬੋਲਦੇ ਇਸ ਤਰੀਕੇ ਨਾਲ। ਦਿੱਲੀ ਸਾਰੀ ਮਾੜੀ ਹੈ, ਇਜ਼ ਇਟ ਰਾਈਟ? ਕਹਿੰਦੇ ਨਹੀਂ, ਕੁਛ ਲੋਕ ਹੈ। ਮੈਂ ਕਿਹਾ ਹਾਂ, ਹੁਣ ਆ ਜਾਓ ਬਾਤ 'ਤੇ, ਕੁਛ ਲੋਕ ਹੈ। ਅੱਛਾ ਸਹੀ ਲੋਕ ਕਾਇਮ ਹੈ ਮੈਨੂੰ ਨਹੀਂ ਪਤਾ, ਤੂੰ ਲੱਭਣੇ ਮੈਂ ਲੱਭਣੇ, ਪਰ ਹਾਂ ਸਹੀ ਮੈਸੇਜ ਤੈਨੂੰ ਦੱਸ ਸਕਦਾ ਕਿੱਥੇ ਹੈ। ਕਹਿੰਦੇ ਕਹਾਂ ਹੈ? ਮੈਂ ਗੁਰੂ ਗ੍ਰੰਥ ਸਾਹਿਬ ਕੋ ਆਪਣੇ ਕਿਤਨਾ ਚਾਹੁੰਦਾ? ਹਾਂ ਸੁਣਾ ਹੈ ਥੋੜ੍ਹਾ। ਮੈਂ ਕਿਹਾ ਪੜ੍ਹ ਕੇ ਵੀ ਦੇਖੀ ਭਾਈ, ਲੈਟਸ ਟਰਾਈ ਟੂ ਰੀਡ ਇਟ, ਵਹਾਂ ਕਿਆ ਲਿਖਾ ਹੈ। ਮੈਂ ਕਿਹਾ ਆਹ ਨਹੀਂ ਲਿਖਿਆ ਜੋ ਤੂੰ ਕਹਿ ਰਿਹਾ ਹੈਗਾ ਵੀ ਭਗਵਾਨ ਚਾਪਲੂਸ ਹੈ ਔਰ ਚਾਪਲੂਸੋ ਕੋ ਪਸੰਦ ਕਰਤਾ ਹੈ। ਇੱਥੇ ਕਾਰਨ ਇਹ ਹੈ, ਬਾਬਾ ਜੀ ਕਹਿੰਦੇ ਸਿਫਤ ਸਲਾਹ ਕਰੋ, ਇਸ ਕਰਕੇ ਨਾ ਕਰੋ ਕਿ ਉਹਨੂੰ ਖੁਸ਼ ਕਰਕੇ ਮਸਕਾ ਲਾ ਕੇ ਅਤੇ ਕੁਛ ਉਹਦਾ ਹੈਂ। ਸਿਫਤ ਸਲਾਹ ਇਸ ਕਰਕੇ ਕਰੋ ਤਾਂ ਕਿ ਉਹ ਸਿਫਤ ਸਲਾਹ ਕਰਦਿਆਂ ਹੋਇਆਂ ਤੁਹਾਡੇ ਜੀਵਨ ਦਾ ਰੂਪ ਸਿਫਤ ਸਲਾਹ ਦੇ ਵਿੱਚ ਬਦਲ ਜਾਏ। ਮੈਂ ਸਵਾਰਥੀ ਹਾਂ, ਮੈਂ ਆਪਣੇ, ਕਿਉਂਕਿ ਔਗਣਾਂ ਨਾਲ ਵੀ ਜੀਵਨ ਜੀ ਸਕਦਾ ਪਰ ਔਗਣਾਂ ਨਾਲ ਜਿੰਦਾ ਹੋਇਆ ਜੀਵਨ ਸਜ਼ਾ ਯਾਫਤਾ ਆ ਮੇਰੇ ਲਈ। ਗੁਣਾਂ ਨਾਲ ਜਿਆ ਹੋਇਆ ਜੀਵਨ ਮੇਰੇ ਲਈ ਬਹੁਤ ਵੱਡਾ, ਮੇਰੇ ਲਈ ਵਰ ਆ, ਮੈਂ ਵਰ ਨੂੰ ਲੈਣਾ ਚਾਹੁੰਦਾ, ਇਹ ਮੇਰੀ ਆਪਣੀ ਲੋੜ ਆ। ਬਾਬਾ ਜੀ ਕਹਿੰਦੇ ਹੋਰ ਸਰੀਕ ਹੋਵੇ ਕੋਈ ਤੇਰਾ ਤਿਸ ਆਗਿਆ ਤੂੰ ਦੇ ਆਖਾਂ। ਰੱਬ ਦੀ ਵਡਿਆਈ ਰੱਬ ਕੇ ਕਰਨੀ ਕਿੱਡੀ ਕੁ ਵੱਡੀ ਗੱਲ ਹੈ ਜੀ, ਇੱਥੋਂ ਬਚਨ ਸ਼ੁਰੂ ਕੀਤਾ ਗੁਰੂ ਨਾਨਕ ਸਾਹਿਬ ਨੇ। ਅਤੇ ਮਹਾਰਾਜ ਕਹਿੰਦੇ ਮੁੱਕਦੀ ਗੱਲ ਇੱਥੇ ਜੇ ਜਾ ਕੇ, ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ, ਸਭ ਉਹਦੀ ਵਡਿਆਈ ਉਸ ਰੂਪ ਦੇ ਵਿੱਚ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ, ਉੱਚਾ ਨਾਂ ਉਸ ਬੇਅੰਤ ਦੀ ਜਿਹੜੀ ਕਹਿ ਲਓ ਮਪਾਇਸ਼ ਜਾਂ ਕਿਸ ਰੂਪ ਵਿੱਚ ਕਰੋਗੇ। ਆਲ ਮਾਈਟ ਇਜ਼ ਗ੍ਰੇਟ ਐਂਡ ਹਿਜ਼ ਪੋਜੀਸ਼ਨ ਇਜ਼ ਵੈਰੀ ਹਾਈ, ਹੀ ਹੈਜ਼ ਹਾਈ ਅਥੋਰਟੀਜ਼, ਹਾਈਐਸਟ ਆਫ ਦਾ ਹਾਈ ਇਨ ਇਜ਼ ਹਿਜ਼ ਗਲੋਰੀ, ਜਿਹੜੀ ਹਾਈਐਸਟ ਤੋਂ ਹਾਈਐਸਟ ਕਹਿ ਲਓ, ਉੱਚੇ ਉੱਪਰ ਉੱਚਾ ਨਾਂ ਉਹਦੇ ਨਾਮ ਨੂੰ ਕਿੱਡਾ ਕਹਾਂਗੇ। ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕਹੋ ਜਾਣੈ ਸੋਏ, ਜਿੱਡਾ ਕੋਈ ਉਸ ਲੈਵਲ 'ਤੇ ਜਾਏ ਅਤੇ ਉਹਦੇ ਨਾਮ ਨੂੰ ਕੁਝ ਡਿਸਕ੍ਰਾਈਬ ਕਰ ਸਕੇ, ਸਮਝ ਸਕੇ ਉਸ ਰੂਪ ਦੇ ਵਿੱਚ। ਹਾਲਾਂਕਿ 2 ਸਤਰਾਂ ਹਾਲੀ ਮੌਜੂਦ ਨੇ, ਪਰ ਵੀ ਸਮਾਂ ਸਮਾਪਤ ਆ, ਮੈਂ ਇੱਥੇ ਹੀ ਇਹਦੀ ਜਿਹੜੀ ਹੈ ਵਾਇੰਡ ਅਪ ਕਰ ਦਿੰਦਾ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਓ, ਇਹ ਪੰਕਤੀਆਂ ਪੜ੍ਹਦੇ ਸਮਾਪਤੀ ਕਰਦੇ ਹਾਂ। ਆਉਂਦੇ ਕੱਲ੍ਹ ਇੱਥੋਂ ਅਸੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਾਂਗੇ। ਆਪ ਸਮੂਹ ਸੰਗਤ ਦਾ ਹਾਜ਼ਰੀਨ ਹੋਣ ਲਈ ਬਹੁਤ ਧੰਨਵਾਦ। ਯੂਟਿਊਬ ਚੈਨਲ ਸਾਡਾ ਉਸਨੂੰ ਸਬਸਕ੍ਰਾਈਬ ਕਰਿਓ, ਜੇ ਸਬਸਕ੍ਰਾਈਬ ਕੀਤਾ ਤਾਂ ਉਸਨੂੰ ਸ਼ੇਅਰ ਜ਼ਰੂਰ ਕਰਿਆ ਜੇ, ਅਤੇ ਜੋ ਮੈਸੇਜ ਆ ਜੇ ਉਸਨੂੰ ਦੁਬਾਰਾ ਟਾਈਮ ਮਿਲੇ ਤਾਂ ਜ਼ਰੂਰ ਇੱਕ ਵਾਰੀ ਫਿਰ ਸੁਣਨ ਦੀ ਕੋਸ਼ਿਸ਼ ਕਰਿਆ ਜੇ। ਸੁਭਾਉ ਇੱਕ ਵਾਰੀ ਆਵਾਜ਼ ਦਿੰਦਿਆਂ ਹੋਇਆ ਇਹਨਾਂ ਪੰਕਤੀਆਂ ਦਾ ਦੁਹਰਾਓ ਕਰੋ ਅਤੇ ਫਿਰ ਆਪਾਂ ਫਤਿਹ ਦੀ ਸਾਂਝ ਪਾਈਏ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।